ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਆਪਣੇ ਵੀਰ ਭਰਾਵਾਂ ਨੂੰ ਅਤੇ ਸਵਾਗਤ ਕਰਦੇ ਹਾਂ ਤੁਹਾਡਾ ਅੱਜ ਦੀ ਇਸ ਨਵੀਂ ਵੀਡੀਓ ਦੇ ਵਿੱਚ। ਅਤੇ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਤੇ ਪਰਮਾਤਮਾ ਸਾਰਿਆਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖੇ। ਅਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਜਿਵੇਂ ਕਿ ਕਾਫੀ ਜਿਹੜੀਆਂ ਅਪੁਆਇੰਟਮੈਂਟਾਂ ਕੈਂਸਲ ਹੋਈਆਂ ਆ ਅਤੇ ਕਾਫੀ ਵੀਰਾਂ ਦੇ ਜਿਹੜੇ ਇਹ ਨੂਲੇ ਉਸ 'ਤੇ ਐਕਸਪਾਇਰ ਵੀ ਹੋ ਚੁੱਕੇ ਸੀਗੇ। ਅਤੇ ਹੁਣ ਆਪਾਂ ਦੇਖਾਂਗੇ ਕਿ ਨੂਲਾ ਉਸ ਦਾ ਤੁਹਾਡਾ ਜਿਹੜਾ ਇਹ ਅਪਡੇਟ ਹੋ ਸਕਦਾ ਜਾਂ ਨਹੀਂ। ਅਤੇ ਹਜੇ ਤੱਕ ਅੰਬੈਸੀ ਵੱਲੋਂ ਕੋਈ ਵੀ ਅਪਡੇਟ ਜਿਹੜੀ ਉਹ ਨਹੀਂ ਸ਼ੇਅਰ ਕੀਤੀ ਗਈ ਕਿ ਅਪੁਆਇੰਟਮੈਂਟਾਂ ਜਿਹੜੀਆਂ ਇੰਨੀਆਂ ਜ਼ਿਆਦਾ ਇੱਕੋ ਵਾਰ ਕਾਹਤੇ ਰਿਜੈਕਟ ਕੀਤੀਆਂ ਆ। ਅਤੇ ਇਹਨਾਂ ਦਾ ਜਿਹੜਾ ਹੱਲ ਆ ਹਜੇ ਅੰਬੈਸੀ ਵੱਲੋਂ ਨਹੀਂ ਦੱਸਿਆ ਗਿਆ ਕਿ ਇਹਦਾ ਹੱਲ ਕੀ ਆ। ਅਤੇ ਜਿਹੜੇ ਵੀ ਵੀਰਾਂ ਭਰਾਵਾਂ ਦੀ ਅਪੁਆਇੰਟਮੈਂਟ ਕੈਂਸਲ ਹੋਈ ਆ, ਜੇਕਰ ਤੁਹਾਡਾ ਨੂਲਾ ਉਸ ਦਾ ਐਕਸਪਾਇਰ ਹੋਣ ਨੂੰ ਹਜੇ ਸਮਾਂ ਆ, ਤਾਂ ਤੁਸੀਂ ਅਪੁਆਇੰਟਮੈਂਟ ਜਿਹੜੀ ਉਹ ਜ਼ਰੂਰ ਚੱਕ ਸਕਦੇ ਆ। ਅਤੇ ਇਸ ਤੋਂ ਬਾਅਦ ਕਾਫੀ ਆਪਣੇ ਵੀਰਾਂ ਭਰਾਵਾਂ ਦੇ ਅਪੁਆਇੰਟਮੈਂਟਾਂ ਨੂੰ ਲੈ ਕੇ ਬਹੁਤ ਸਵਾਲ ਆਉਂਦੇ ਹੈਗੇ, ਉਹ ਆਪਣਾ ਰੈਫਰੈਂਸ ਨੰਬਰ ਸ਼ੇਅਰ ਕਰਦੇ ਆ। ਅਤੇ ਅੱਗੇ ਆਪਾਂ ਵੀਡੀਓ ਦੇ ਵਿੱਚ ਤੁਹਾਡੇ ਨਾਲ ਸ਼ੇਅਰ ਕਰਾਂਗੇ ਕਿ ਕਿੱਥੋਂ ਕੁ ਤੱਕ ਕਿੰਨੇ ਕੁ ਰੈਫਰੈਂਸ ਨੰਬਰ ਨੂੰ ਜਿਹੜੀ ਇਹ ਅਪੁਆਇੰਟਮੈਂਟ ਮਿਲੀ ਆ। ਅਤੇ 12 ਜੂਨ ਵਾਲਿਆਂ ਨੂੰ ਵੀ ਜਿਹੜੀਆਂ ਇਹ ਅਪੁਆਇੰਟਮੈਂਟਾਂ ਮਿਲਣੀਆਂ ਸ਼ੁਰੂ ਹੋ ਚੁੱਕੀਆਂ, ਆਪਣੇ ਵੀਰਾਂ ਨੇ ਆਪਾਂ ਨਾਲ ਸਾਂਝਾ ਕੀਤਾ, ਉਹ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ। ਅਤੇ ਨਾਲ ਦੀ ਨਾਲ ਗੱਲ ਕਰਾਂਗੇ 9 ਮਹੀਨੇ ਵਾਲੇ ਪੇਪਰ ਸਾਲ ਅਤੇ ਡੋਮੈਸਟਿਕ ਪੇਪਰਾਂ ਬਾਰੇ ਵੀ। ਅਤੇ ਤੁਹਾਡੇ ਬਹੁਤ ਸਾਰੇ ਕਮੈਂਟਾਂ ਦੇ ਜਵਾਬ ਆ ਵੀਡੀਓ ਦੇ ਵਿੱਚ, ਅਤੇ ਵੀਡੀਓ ਨੂੰ ਤੁਸੀਂ ਲਾਸਟ ਤੱਕ ਜ਼ਰੂਰ ਦੇਖਿਆ ਕਰੋ। ਅਤੇ ਜੇਕਰ ਤੁਹਾਡਾ ਵੀ ਕੋਈ ਸਵਾਲ ਆ ਤਾਂ ਤੁਸੀਂ ਵੀਡੀਓ ਦੇ ਥੱਲੇ ਕਮੈਂਟ ਕਰ ਸਕਦੇ ਹਾਂ, ਤਾਂ ਆਪਾਂ ਜਿਹੜਾ ਕੱਲ੍ਹ ਵਾਲੀ ਵੀਡੀਓ ਦੇ ਵਿੱਚ ਤੁਹਾਡੇ ਕਮੈਂਟ ਦਾ ਜਵਾਬ ਦੇਣ ਦੀ ਵੀ ਪੂਰੀ ਕੋਸ਼ਿਸ਼ ਕਰਾਂਗੇ। ਅਤੇ ਵੀਡੀਓ ਵਧੀਆ ਲੱਗਦੀ ਹੁੰਦੀ ਹੈ, ਇਨਫੋਰਮੇਸ਼ਨ ਵਾਲੀ ਲੱਗਦੀ ਹੁੰਦੀ ਹੈ, ਤਾਂ ਲਾਈਕ ਜ਼ਰੂਰ ਕਰ ਦਿਆ ਕਰੋ ਅਤੇ ਵੱਧ ਤੋਂ ਵੱਧ ਸ਼ੇਅਰ ਵੀ ਜ਼ਰੂਰ ਕਰ ਦਿਆ ਕਰੋ। ਅਤੇ ਹੁਣ ਜ਼ਿਆਦਾ ਸਮਾਂ ਨਾ ਖਰਾਬ ਕਰਦੇ ਹੋਏ ਆਪਾਂ ਕਰਦੇ ਹਾਂ ਵੀਡੀਓ ਦੀ ਸ਼ੁਰੂਆਤ। ਅਤੇ ਇੱਥੇ ਹੁਣ ਸਭ ਤੋਂ ਪਹਿਲਾਂ ਗੱਲ ਕਰ ਲੈਂਦੇ ਹਾਂ ਕਿੰਨੇ ਕੁ ਰੈਫਰੈਂਸ ਨੰਬਰ ਵਾਲਿਆਂ ਨੂੰ ਜਿਹੜੀ ਇਹ ਅਪੁਆਇੰਟਮੈਂਟ ਮਿਲ ਚੁੱਕੀ ਆ। ਅਤੇ ਸਭ ਤੋਂ ਪਹਿਲਾਂ ਗੱਲ ਕਰ ਲੈਂਦੇ ਹਾਂ ਦਿੱਲੀ ਦੀ। ਦਿੱਲੀ ਤੋਂ ਜਿਹੜੀ ਕਾਫੀ ਜ਼ਿਆਦਾ ਅਪਡੇਟ ਆ ਰਹੀ ਆ, ਬਹੁਤ ਜਲਦੀ ਇਹ ਅਪੁਆਇੰਟਮੈਂਟਾਂ ਜਿਹੜੀਆਂ ਮਿਲ ਰਹੀਆਂ ਦਿੱਲੀ ਵਾਲਿਆਂ ਨੂੰ। ਅਤੇ ਦਿੱਲੀ ਦੇ ਵਿੱਚ ਇੱਕ ਆਪਣੇ ਵੀਰ ਨੇ ਸ਼ੇਅਰ ਕੀਤਾ ਹੈਗਾ, ਕਹਿੰਦੇ ਸਾਡਾ ਵੀਜ਼ਾ ਲੱਗ ਚੁੱਕਾ ਆ ਅਤੇ ਕਹਿੰਦੇ 16 ਜੂਨ ਨੂੰ ਸਬਮਿਟ ਕੀਤੀ ਸੀਗੀ ਅਤੇ 21 ਤਰੀਕ ਨੂੰ ਕਹਿੰਦੇ ਜਿਹੜਾ ਵੀਜ਼ਾ ਲੱਗ ਕੇ ਆ ਗਿਆ ਆ। ਅਤੇ ਇੱਥੇ ਇਹੀ ਗੱਲ ਆ, ਤੁਹਾਡਾ ਜਿਹੜਾ ਵੀਜ਼ਾ ਆ ਲਗਭਗ 6 ਦਿਨ ਦੇ ਵਿੱਚ ਲੱਗ ਕੇ ਆ ਜਾਂਦਾ ਜੇਕਰ ਤੁਹਾਡੇ ਸਾਰੇ ਡਾਕੂਮੈਂਟ ਸਹੀ ਆ। ਅਤੇ ਇਹਨਾਂ ਦਾ ਰੈਫਰੈਂਸ ਨੰਬਰ ਸੀਗਾ ਜੀ 35,599 ਰੈਫਰੈਂਸ ਨੰਬਰ ਸੀਗਾ। ਅਤੇ ਕੋਈ ਵੀ ਪੇਪਰ ਕਹਿੰਦੇ ਟੈਸਟਡ ਸਾਡਾ ਨਹੀਂ ਸੀਗਾ, ਅਤੇ ਟੈਸਟਡ ਬਿਨਾਂ ਪੇਪਰ ਜਿਹੜੇ ਆ ਉਹ ਵੀ ਚੱਲ ਜਾਂਦੇ ਆ ਅੰਬੈਸੀ ਦੇ ਵਿੱਚ। ਅਤੇ ਇਹਨਾਂ ਦਾ ਵੀਜ਼ਾ ਜਿਹੜਾ ਉਹ ਲੱਗ ਕੇ ਆ ਚੁੱਕਾ ਹੈ, ਅਤੇ ਬਹੁਤ ਬਹੁਤ ਮੁਬਾਰਕਾਂ ਇਸ ਵੀਰ ਨੂੰ ਅਤੇ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਸ਼ੇਅਰ ਕਰਨ ਦੇ ਲਈ। ਅਤੇ ਇਸ ਤੋਂ ਬਾਅਦ ਇੱਕ ਅਪਡੇਟ ਆ ਰਹੀ ਹੈਗੀ ਆ ਜੀ ਮਾਡਰਨ 727 ਵੱਲੋਂ, ਕਹਿੰਦੇ ਮੈਨੂੰ ਦਿੱਲੀ ਦੀ ਅਪੁਆਇੰਟਮੈਂਟ ਮਿਲੀ ਹੈਗੀ ਆ 49,000 ਤੋਂ ਉੱਪਰ ਕਹਿੰਦੇ ਰੈਫਰੈਂਸ ਨੰਬਰ ਸੀਗਾ, ਅਤੇ 10 ਸਤੰਬਰ ਦੀ ਇਹਨਾਂ ਨੂੰ ਜਿਹੜੀ ਉਹ ਅਪੁਆਇੰਟਮੈਂਟ ਮਿਲੀ ਆ। ਅਤੇ ਕੱਲ੍ਹ ਵੀ ਇੱਕ ਆਪਣੇ ਵੀਰ ਨੇ ਆਪਾਂ ਨਾਲ ਸ਼ੇਅਰ ਕੀਤਾ ਸੀਗਾ, ਉਹਨਾਂ ਦਾ ਰੈਫਰੈਂਸ ਨੰਬਰ ਸੀਗਾ 49,600 ਤੋਂ ਉੱਪਰ, ਅਤੇ ਉਹਨਾਂ ਨੂੰ ਵੀ 10 ਸਤੰਬਰ ਦੀ ਜਿਹੜੀ ਇਹ ਅਪੁਆਇੰਟਮੈਂਟ ਮਿਲੀ ਸੀਗੀ ਦਿੱਲੀ ਤੋਂ। ਅਤੇ ਨੰਬਰ ਜੇ ਆਪਾਂ ਦੇਖ ਲਈਏ ਦਿੱਲੀ ਦਾ ਜਿਹੜਾ ਇਹ 50,000 ਦੇ ਕਰੀਬ ਜਿਹੜਾ ਇਹ ਨੰਬਰ ਚੱਲ ਰਿਹਾ ਆ, ਕਾਫੀ ਵੀਰਾਂ ਨੂੰ ਜਿਹੜੀਆਂ ਇਹ ਅਪੁਆਇੰਟਮੈਂਟਾਂ ਮਿਲ ਰਹੀਆਂ 50,000 ਦੇ ਕਰੀਬ ਦਿੱਲੀ ਦੇ ਵਿੱਚ। ਅਤੇ ਇਸ ਤੋਂ ਬਾਅਦ ਅਗਲਾ ਕਮੈਂਟ ਹੈਗਾ ਜੀ ਅਮਨ ਭਾਰਤਦਵਾਜ ਵੱਲੋਂ, ਕਹਿੰਦੇ 12 ਜੂਨ ਨੂੰ ਜਿਹਨਾਂ ਜਿਹਨਾਂ ਨੇ ਅਪੁਆਇੰਟਮੈਂਟ ਬੁੱਕ ਕਰਵਾਈ ਸੀਗੀ ਕਾਫੀ ਅਪੁਆਇੰਟਮੈਂਟਾਂ ਕਹਿੰਦੇ ਕੱਲ੍ਹ ਮਿਲੀਆਂ ਆ। ਅਤੇ ਇਹਨਾਂ ਦੇ ਹੋਰ ਵੀ ਕਾਫੀ ਵੀਰ ਭਰਾ ਸੀਗੇ ਜਿਨ੍ਹਾਂ ਨੇ ਅਪੁਆਇੰਟਮੈਂਟਾਂ ਬੁੱਕ ਕੀਤੀਆਂ ਸੀਗੀਆਂ, ਅਤੇ ਕਹਿੰਦੇ ਅਪੁਆਇੰਟਮੈਂਟਾਂ ਇਹ ਉਹਨਾਂ ਨੂੰ ਮਿਲੀਆਂ ਜਿਨ੍ਹਾਂ ਨੇ ਰੀਅਪਲੋਡ ਜਿਹੜੇ ਇੱਕ ਵਾਰ ਵੀ ਨਹੀਂ ਕੀਤੇ ਸੀਗੇ। ਅਤੇ ਕਹਿੰਦੇ ਮੇਰੀ ਆਪਣੀ ਅਪੁਆਇੰਟਮੈਂਟ ਜਿਹੜੀ ਮਿਲੀ ਹੈਗੀ ਆ 2900 ਕਰੀਬ ਜਿਹੜਾ ਇਹਨਾਂ ਦਾ ਰੈਫਰੈਂਸ ਨੰਬਰ ਸੀਗਾ। ਅਤੇ ਕਹਿੰਦੇ ਮੇਰੇ ਫਰੈਂਡ ਉਹਨਾਂ ਨੂੰ ਵੀ ਕਹਿੰਦੇ ਅਪੁਆਇੰਟਮੈਂਟ ਮਿਲੀ ਆ, ਉਹਨਾਂ ਦਾ ਰੈਫਰੈਂਸ ਨੰਬਰ ਸੀਗਾ 2300 ਦੇ ਕਰੀਬ, ਅਤੇ ਇੱਕ ਵੀਰ ਦਾ ਸੀਗਾ 2400 ਦੇ ਕਰੀਬ, ਤਾਂ ਉਹਨਾਂ ਨੂੰ ਵੀ ਜਿਹੜੀ ਇਹ ਅਪੁਆਇੰਟਮੈਂਟ ਮਿਲ ਚੁੱਕੀ ਆ। ਅਤੇ 12 ਜੂਨ ਨੂੰ ਜਿਨ੍ਹਾਂ ਨੇ ਅਪੁਆਇੰਟਮੈਂਟਾਂ ਬੁੱਕ ਕੀਤੀਆਂ ਸੀਗੀਆਂ ਅਤੇ ਉਹਨਾਂ ਨੂੰ ਵੀ ਜਿਹੜੀਆਂ ਇਹ ਅਪੁਆਇੰਟਮੈਂਟਾਂ ਮਿਲੀਆਂ ਸ਼ੁਰੂ ਹੋ ਚੁੱਕੀਆਂ ਆ। ਅਤੇ ਇੱਕ ਅਪੁਆਇੰਟਮੈਂਟ ਮਿਲੀ ਸੀਗੀ ਜੀ 7,681 ਰੈਫਰੈਂਸ ਨੰਬਰ ਨੂੰ, ਅਤੇ ਇਹਨਾਂ ਨੇ ਜਿਹੜੀ ਆਪਣੀ ਅਪੁਆਇੰਟਮੈਂਟ ਸੀਗੀ 14 ਜੂਨ ਨੂੰ ਬੁੱਕ ਕੀਤੀ ਸੀਗੀ, ਅਤੇ 5 ਸਤੰਬਰ ਦੀ ਜਿਹੜੀ ਇਹਨਾਂ ਨੂੰ ਇਹ ਅਪੁਆਇੰਟਮੈਂਟ ਮਿਲੀ ਆ। ਅਤੇ ਜਿਨ੍ਹਾਂ ਦੇ ਘੱਟ ਰੈਫਰੈਂਸ ਨੰਬਰ ਸੀਗੇ ਉਹਨਾਂ ਨੂੰ ਵੀ ਜਿਹੜੀਆਂ ਇਹ ਅਪੁਆਇੰਟਮੈਂਟਾਂ ਮਿਲਣੀਆਂ ਸ਼ੁਰੂ ਹੋ ਚੁੱਕੀਆਂ ਆ। ਅਤੇ ਵੇਟ ਕਰ ਲਓ, ਜਿਨ੍ਹਾਂ ਦੀ ਅਪੁਆਇੰਟਮੈਂਟ ਨਹੀਂ ਰਿਜੈਕਟ ਹੋਈ ਤਾਂ ਅਪੁਆਇੰਟਮੈਂਟ ਜਿਹੜੀ ਇਹ ਤੁਹਾਨੂੰ ਜਲਦੀ ਮਿਲ ਜਾਣੀ ਆ।
ਅਤੇ ਇਸ ਤੋਂ ਬਾਅਦ ਅਗਲੀ ਅਪਡੇਟ ਆ ਰਹੀ ਹੈਗੀ ਹੈ ਜੀ ਬਿੰਦੂ ਬਿੰਦੂ ਵੱਲੋਂ। ਕਹਿੰਦੇ ਮੇਰੇ ਦੋਸਤ ਨੂੰ ਅਪੁਆਇੰਟਮੈਂਟ ਮਿਲੀ ਹੈਗੀ ਆ 27 ਤਰੀਕ ਨੂੰ, 27 ਅਗਸਤ ਨੂੰ, ਅਤੇ ਕਹਿੰਦੇ 67,000 ਤੋਂ ਉੱਪਰ ਉਹਨਾਂ ਦਾ ਰੈਫਰੈਂਸ ਨੰਬਰ ਸੀਗਾ ਅਤੇ ਦਿੱਲੀ ਦੀ ਇਹ ਅਪੁਆਇੰਟਮੈਂਟ ਮਿਲੀ ਆ ਉਹਨਾਂ ਨੂੰ। ਅਤੇ ਬਹੁਤ ਬਹੁਤ ਮੁਬਾਰਕਾਂ ਆਪਣੇ ਸਾਰੇ ਵੀਰਾਂ ਭਰਾਵਾਂ ਨੂੰ, ਅਤੇ ਸਾਡੇ ਨਾਲ ਸਾਂਝਾ ਕਰਨ ਦੇ ਲਈ ਬਹੁਤ ਬਹੁਤ ਧੰਨਵਾਦ। ਅਤੇ ਹੋਰ ਵੀ ਜਿਹੜੇ ਵੀਰਾਂ ਭਰਾਵਾਂ ਨੂੰ ਅਪੁਆਇੰਟਮੈਂਟ ਮਿਲਦੀ ਆ ਅਤੇ ਤੁਸੀਂ ਵੀ ਸਾਡੇ ਨਾਲ ਸ਼ੇਅਰ ਕਰ ਸਕਦੇ ਆ, ਅਤੇ ਕਿੱਥੋਂ ਤੁਹਾਡੀ ਅਪੁਆਇੰਟਮੈਂਟ ਮਿਲੀ ਆ ਅਤੇ ਕਿੰਨਾ ਰੈਫਰੈਂਸ ਨੰਬਰ ਸੀਗਾ, ਇਹ ਵੀ ਤੁਸੀਂ ਸਾਡੇ ਨਾਲ ਸ਼ੇਅਰ ਕਰ ਸਕਦੇ ਆ, ਤਾਂ ਜੋ ਹੋਰ ਵੀ ਵੀਰਾਂ ਭਰਾਵਾਂ ਨੂੰ ਜਿਹੜੀ ਉਹ ਇਨਫੋਰਮੇਸ਼ਨ ਮਿਲ ਸਕੇ। ਅਤੇ ਇਸ ਦੇ ਨਾਲ ਹੀ ਜਿਹੜੇ ਵੀਰਾਂ ਭਰਾਵਾਂ ਦੇ ਪੇਪਰ ਨਿਕਲਦੇ ਆ ਤਾਂ ਉਹ ਵੀ ਸਾਡੇ ਨਾਲ ਸ਼ੇਅਰ ਕਰ ਸਕਦੇ ਆ। ਅਤੇ ਇੱਥੇ ਹੁਣ ਗੱਲ ਕਰ ਲੈਂਦੇ ਹਾਂ, ਜੇਕਰ ਤੁਹਾਡਾ ਨੂਲਾ ਉਸਤਾ ਐਕਸਪਾਇਰ ਹੋ ਜਾਂਦਾ, ਫਿਰ ਜਿਹੜਾ ਇਹ ਤੁਹਾਡਾ ਨੂਲਾ ਉਸਤਾ ਅਪਡੇਟ ਨਹੀਂ ਕੀਤਾ ਜਾਂਦਾ ਅਤੇ ਕਾਫੀ ਸਮਾਂ ਲੱਗ ਜਾਂਦਾ ਹੈ, ਬਹੁਤ ਮੁਸ਼ਕਲ ਦੇ ਬਾਅਦ ਜਾ ਕੇ ਕਈ ਵਾਰ ਇਹ ਜਿਹੜਾ ਨੂਲਾ ਉਸਤਾ ਅਪਡੇਟ ਹੋ ਵੀ ਜਾਂਦਾ ਪਰ ਕਾਫੀ ਪ੍ਰੋਬਲਮ ਆਉਂਦੀ ਆ। ਪਰ ਜ਼ਿਆਦਾਤਰ ਜੇ ਆਪਾਂ ਦੇਖਿਆ ਜਾਵੇ ਕਾਫੀ ਲੰਬੇ ਸਮੇਂ ਤੋਂ ਇਹ ਨੂਲਾ ਉਸਤਾ ਜਿਹੜਾ ਅਪਡੇਟ ਨਹੀਂ ਕੀਤਾ ਜਾਂਦਾ ਅਤੇ ਅਪੁਆਇੰਟਮੈਂਟਾਂ ਦਾ ਜਿਹੜਾ ਇਹ ਪ੍ਰੋਬਲਮ ਹੈ ਇਸੇ ਵਾਰ ਆਈ ਆ 2024 ਦੇ ਵਿੱਚ। ਪਹਿਲਾਂ ਜਿਹੜੀ ਅਪੁਆਇੰਟਮੈਂਟਾਂ ਦੀ ਇਹ ਪ੍ਰੋਬਲਮ ਨਹੀਂ ਆਉਂਦੀ ਹੁੰਦੀ ਸੀਗੀ ਅਤੇ ਆਸ ਇਹੀ ਆ ਕਿ ਆਉਣ ਵਾਲੇ ਸਮੇਂ 2025 ਦੇ ਵਿੱਚ ਇਸ ਤਰੀਕੇ ਦੀ ਪ੍ਰੋਬਲਮ ਜਿਹੜੀ ਆਪਾਂ ਨੂੰ ਨਾ ਦੇਖਣ ਨੂੰ ਮਿਲੇ ਤਾਂ ਵਧੀਆ ਗੱਲ ਆ। ਅਤੇ ਗੱਲ ਕਰਦੇ ਹਾਂ ਪੇਪਰਾਂ ਦੀ, ਤਾਂ ਪੇਪਰ ਜਿਹੜੇ ਆਪਣੇ ਵੀਰਾਂ ਭਰਾਵਾਂ ਨੇ 9 ਮਹੀਨੇ ਵਾਲੇ ਭਰਾਏ ਆ ਤਾਂ 9 ਮਹੀਨੇ ਵਾਲੇ ਜਿਵੇਂ ਕਿ ਇੱਕ ਹੋਰ ਲਿਸਟ ਆਈ ਸੀਗੀ, ਹੁਣ ਉਹਦੇ ਹਿਸਾਬ ਦੇ ਨਾਲ ਜਿਹੜੇ ਇਹ ਪੇਪਰ ਫਿਰ ਨਿਕਲਣੇ ਸ਼ੁਰੂ ਹੋ ਚੁੱਕੇ ਆ ਅਤੇ ਕਾਫੀ ਵੀਰ ਸ਼ੇਅਰ ਕਰਦੇ ਆ ਪੇਪਰ ਉਹਨਾਂ ਦੇ ਨਿਕਲੇ ਆ ਅਤੇ ਤੁਸੀਂ ਵੀ ਸਾਡੇ ਨਾਲ ਸ਼ੇਅਰ ਕਰ ਸਕਦੇ ਆ ਜੇਕਰ ਤੁਹਾਡੇ ਪੇਪਰ ਨਿਕਲਦੇ ਆ। ਅਤੇ ਬਾਕੀ ਗੱਲ ਕਰ ਲਈਏ ਸਾਲ ਵਾਲੇ ਅਤੇ ਡੋਮੈਸਟਿਕ ਪੇਪਰ, ਉਹ ਵੀ ਕਾਫੀ ਨਿਕਲ ਰਹੇ ਆਪਣੇ ਵੀਰਾਂ ਭਰਾਵਾਂ ਦੇ ਅਤੇ ਕਾਫੀ ਪ੍ਰੋਸੈਸ ਜਿਹੜਾ ਇਹ ਸਲੋ ਚੱਲ ਰਿਹਾ ਅਤੇ ਅਗਲੇ ਮਹੀਨੇ ਜਿਵੇਂ ਕਿ ਛੁੱਟੀਆਂ ਖਤਮ ਹੋ ਜਾਣੀਆਂ ਫਿਰ ਇਹ ਜਿਹੜੇ ਪੇਪਰ ਆ ਤੇਜ਼ੀ ਨਾਲ ਨਿਕਲਣੇ ਸ਼ੁਰੂ ਹੋ ਜਾਣੇ ਆ। ਅਤੇ ਥੋੜ੍ਹੀ ਜਿਹੀ ਵੇਟ ਹੋਰ ਕਰ ਲਓ, ਜਿਨ੍ਹਾਂ ਦੇ ਪੇਪਰ ਕੋਟਿਆਂ ਵਿੱਚ ਆਏ ਹੋ ਉਹਨਾਂ ਦੇ ਪੇਪਰ ਜਿਹੜੇ ਇਹ ਜ਼ਰੂਰ ਨਿਕਲ ਜਾਣੇ ਆ। ਅਤੇ ਇੱਥੇ ਜਿਹੜੇ ਵੀ ਆਪਣੇ ਵੀਰਾਂ ਭਰਾਵਾਂ ਨੇ ਇਟਲੀ ਨੂੰ ਆਉਣਾ ਆ ਅਤੇ ਉਹਨਾਂ ਦੇ ਲਈ ਲੈਂਗੁਏਜ ਦੇ ਲਈ ਆਪਾਂ ਇੱਕ ਸਪੈਸ਼ਲ ਚੈਨਲ ਬਣਾਇਆ ਆ ਜਿਹਦਾ ਨਾਮ ਹੈਗਾ ਜੀ ਇਟਾਲੀਅਨ ਪੰਜਾਬੀ, ਅਤੇ ਉਸ ਚੈਨਲ ਦੇ ਉੱਤੇ ਤੁਸੀਂ ਇਟਾਲੀਅਨ ਲੈਂਗੁਏਜ ਜਿਹੜੀ ਉਹ ਪੰਜਾਬੀ ਦੇ ਵਿੱਚ ਸਿੱਖ ਸਕਦੇ ਆ। ਅਤੇ ਇਟਾਲੀਅਨ ਲੈਂਗੁਏਜ ਸਿੱਖਣ ਦੇ ਲਈ ਉਸ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਜ਼ਰੂਰ ਕਰ ਲਿਓ ਅਤੇ ਉਸ ਚੈਨਲ ਦਾ ਲਿੰਕ ਜਿਹੜਾ ਆਪਾਂ ਡਿਸਕ੍ਰਿਪਸ਼ਨ ਦੇ ਵਿੱਚ ਪਾ ਦਿੱਤਾ ਆ। ਅਤੇ ਇਸ ਤੋਂ ਬਾਅਦ ਕਾਫੀ ਕਮੈਂਟ ਆ ਤੁਹਾਡੇ ਅਤੇ ਉਹਨਾਂ ਦੇ ਕਮੈਂਟਾਂ ਦਾ ਜਵਾਬ ਦੇਣਾ ਜਿਹੜਾ ਉਹ ਵੀ ਬਹੁਤ ਜ਼ਰੂਰੀ ਆ। ਅਤੇ ਹੁਣ ਆਪਾਂ ਦੇਖਾਂਗੇ ਜੀ ਤੁਹਾਡੇ ਸਾਰਿਆਂ ਦੇ ਕਮੈਂਟ। ਅਤੇ ਇੱਥੇ ਸਭ ਤੋਂ ਪਹਿਲਾ ਕਮੈਂਟ ਹੈਗਾ ਜੀ ਗੁਰਪ੍ਰੀਤ ਸਿੰਘ ਵੱਲੋਂ, ਕਹਿੰਦੇ ਜਲੰਧਰ ਨੰਬਰ 67,000 ਤੋਂ ਪਲੱਸ ਆ, ਕਹਿੰਦੇ 1 ਮੰਥ ਰਹਿ ਗਿਆ ਪੇਪਰ ਐਕਸਪਾਇਰ ਹੋਣ ਦੇ ਲਈ ਅਤੇ ਜਲੰਧਰ ਦੇ ਵਿੱਚੋਂ ਜਿਹੜੀ ਇਹਨਾਂ ਦੀ ਉਹ ਅਪੁਆਇੰਟਮੈਂਟ ਬੁੱਕ ਹੋਈ ਸੀਗੀ। ਅਤੇ ਇੱਥੇ ਜੇਕਰ ਆਪਾਂ ਦੇਖ ਲਈਏ, ਜੇਕਰ ਤੁਹਾਨੂੰ ਰੈਫਰੈਂਸ ਨੰਬਰ ਮਿਲ ਚੁੱਕਾ ਆ ਭਾਵੇਂ ਤੁਹਾਡਾ ਨੂਲਾ ਉਸਦਾ ਐਕਸਪਾਇਰ ਵੀ ਹੋ ਜਾਂਦਾ, ਫਿਰ ਵੀ ਜਿਹੜਾ ਇਹ ਅੰਬੈਸੀ ਵੱਲੋਂ ਕੋਈ ਨਾ ਕੋਈ ਤੁਹਾਨੂੰ ਜਿਹੜੀ ਅਪਡੇਟ ਜ਼ਰੂਰ ਦਿੱਤੀ ਜਾਊਗੀ। ਅਤੇ ਥੋੜ੍ਹੀ ਜਿਹੀ ਵੇਟ ਹੋਰ ਕਰ ਲਓ, ਜਲਦੀ ਜਿਹੜਾ ਨੰਬਰ ਇਹ ਉੱਪਰ ਨੂੰ ਵੱਧ ਰਿਹਾ ਤਾਂ ਤੁਸੀਂ ਥੋੜ੍ਹੀ ਵੇਟ ਹੋਰ ਕਰ ਲਓ, ਅਪੁਆਇੰਟਮੈਂਟ ਜਿਹੜੀ ਇਹ ਜਲਦੀ ਮਿਲ ਜਾਣੀ ਆ। ਅਤੇ ਇਸ ਤੋਂ ਬਾਅਦ ਅਗਲਾ ਕਮੈਂਟ ਹੈਗਾ ਜੀ ਹਰਜੀਤ ਕੌਰ ਵੱਲੋਂ, ਕਹਿੰਦੇ ਭਾਅ ਜੀ ਜਲੰਧਰ ਦੀ ਮੇਰੀ 12,000 ਪਲੱਸ ਆ, ਕਹਿੰਦੇ ਪਰ ਹਜੇ ਤੱਕ ਜਿਹੜੀ ਅਪੁਆਇੰਟਮੈਂਟ ਇਹਨਾਂ ਨੂੰ ਨਹੀਂ ਮਿਲੀ ਅਤੇ ਕਹਿੰਦੇ 14 ਜੂਨ ਨੂੰ ਇਹਨਾਂ ਨੇ ਆਪਣਾ ਜਿਹੜਾ ਵੈੱਬ ਫਾਰਮ ਫਿਲ ਕੀਤਾ ਸੀਗਾ ਅਤੇ ਅਪੁਆਇੰਟਮੈਂਟਾਂ ਹੁਣ ਜਲੰਧਰ ਤੋਂ ਵੀ ਮਿਲਣੀਆਂ ਸ਼ੁਰੂ ਹੋ ਚੁੱਕੀਆਂ, ਜਿਨ੍ਹਾਂ ਦੇ ਕਾਫੀ ਘੱਟ ਰੈਫਰੈਂਸ ਨੰਬਰ ਸੀਗੇ ਉਹਨਾਂ ਨੂੰ ਵੀ ਜਿਹੜੀਆਂ ਇਹ ਅਪੁਆਇੰਟਮੈਂਟਾਂ ਹੁਣ ਮਿਲ ਰਹੀਆਂ ਆ। ਅਤੇ ਜੇਕਰ ਤੁਹਾਡੀ ਅਪੁਆਇੰਟਮੈਂਟ ਨਹੀਂ ਰਿਜੈਕਟ ਹੋਈ ਤਾਂ ਅਪੁਆਇੰਟਮੈਂਟ ਜਿਹੜੀ ਇਹ ਤੁਹਾਨੂੰ ਜਲਦੀ ਮਿਲ ਜਾਣੀ ਆ। ਅਤੇ ਇਸ ਤੋਂ ਬਾਅਦ ਅਗਲਾ ਕਮੈਂਟ ਹੈਗਾ ਜੀ ਹਨੀ ਰੰਧਾਵਾ ਵੱਲੋਂ, ਕਹਿੰਦੇ ਹੈਲੋ ਵੀਰ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕਹਿੰਦੇ ਵੀਰ ਜੀ ਪਲੀਜ਼ ਦੱਸਿਓ ਕਿ 25 ਮਾਰਚ ਵਾਲੇ ਕਹਿੰਦੇ ਪੇਪਰ ਸੀਗੇ ਕਦੋਂ ਕੁ ਤੱਕ ਕਹਿੰਦੇ ਨਿਕਲੂਗੇ, ਰਿਪਲਾਈ ਜ਼ਰੂਰ ਕਰ ਦਿਓ। ਅਤੇ 25 ਮਾਰਚ ਵਾਲੇ ਜਿਵੇਂ ਕਿ ਹੁਣ ਨਵਾਂ ਕੋਟਾ ਵੰਡਿਆ ਗਿਆ ਸੀਗਾ ਉਹਦੇ ਹਿਸਾਬ ਦੇ ਨਾਲ ਫਿਰ ਜਿਹੜੇ ਪੇਪਰ ਨਿਕਲਣੇ ਸ਼ੁਰੂ ਹੋ ਚੁੱਕੇ ਆ ਅਤੇ ਤੁਸੀਂ ਆਪਣੀ ਸਿਟੀ ਦੱਸ ਦਿਆ ਕਰੋ, ਆਪਾਂ ਜਿਹੜਾ ਤੁਹਾਨੂੰ ਉਹਦੇ ਹਿਸਾਬ ਦੇ ਨਾਲ ਕੋਟਾ ਦੱਸ ਦੇਵਾਂਗੇ ਕਿੰਨਾ ਕੋਟਾ ਜਿਹੜਾ ਵੰਡਿਆ ਗਿਆ ਆ, ਕਿਉਂਕਿ ਬਹੁਤ ਜ਼ਿਲ੍ਹੇ ਇੱਦਾਂ ਦੇ ਵੀ ਆ ਜਿਨ੍ਹਾਂ ਨੂੰ ਕੋਟਾ ਜਿਹੜਾ ਉਹ 0 ਵੰਡਿਆ ਗਿਆ ਅਤੇ ਉੱਥੋਂ ਪੇਪਰ ਨਿਕਲਣ ਦੇ ਚਾਂਸ ਜਿਹੜੇ ਕਾਫੀ ਘੱਟ ਆ, ਅਤੇ ਪਰ ਹਜੇ ਹੋਰ ਕੋਟਾ ਵੰਡਿਆ ਜਾਊਗਾ, ਹਜੇ ਕਾਫੀ ਪੇਪਰ ਜਿਹੜੇ ਨਿਕਲਣ ਤੋਂ ਪਏ ਆ। ਅਤੇ ਇਸ ਤੋਂ ਬਾਅਦ ਅਗਲਾ ਕਮੈਂਟ ਹੈਗਾ ਜੀ ਜਸ ਚੱਠਾ ਵੱਲੋਂ, ਕਹਿੰਦੇ ਬ੍ਰੋ ਟੂਰਿਸਟ ਅਪੁਆਇੰਟਮੈਂਟ ਕਦੋਂ ਓਪਨ ਹੋਣਗੀਆਂ? ਅਤੇ ਅਪੁਆਇੰਟਮੈਂਟਾਂ ਟੂਰਿਸਟ ਵਾਲੀਆਂ ਅਤੇ ਫੈਮਿਲੀ ਵਾਲੀਆਂ, ਇਹ ਵੀ ਜਿਹੜੀਆਂ ਅਪੁਆਇੰਟਮੈਂਟਾਂ ਓਪਨ ਹੋ ਜਾਣੀਆਂ ਆ।
ਅਤੇ ਇਸ ਦੇ ਲਈ ਤੁਸੀਂ ਜਲਦੀ ਤੋਂ ਜਲਦੀ ਜਿਹੜਾ ਚੈੱਕ ਕਰਦੇ ਰਿਹਾ ਕਰੋ BFS ਗਲੋਬਲ ਵਾਲੀ ਜਿਹੜੀ ਸਾਈਟ ਹੈ ਉੱਥੇ ਜਾ ਕੇ। ਅਤੇ ਇਸ ਤੋਂ ਬਾਅਦ ਅਗਲਾ ਕਮੈਂਟ ਹੈਗਾ ਜੀ ਅਮਨਦੀਪ ਕੌਰ ਵੱਲੋਂ, ਕਹਿੰਦੇ ਥੈਂਕਸ ਵੀਰ ਆਂਸਰ ਦੇਣ ਦੇ ਲਈ, ਕਹਿੰਦੇ ਜਦ ਵੀ ਕੋਈ ਨਵੀਂ ਅਪਡੇਟ ਆਉਂਦੀ ਆ ਤਾਂ ਜ਼ਰੂਰ ਸ਼ੇਅਰ ਕਰਿਓ। ਹਾਂਜੀ ਬਿਲਕੁਲ, ਜਦੋਂ ਵੀ ਕੋਈ ਵੀ ਅਪਡੇਟ ਆਉਂਦੀ ਆ ਭਾਵੇਂ ਉਹ ਇਮੀਗ੍ਰੇਸ਼ਨ ਨੂੰ ਲੈ ਕੇ ਆ ਜਾਂ ਫਿਰ ਅਪੁਆਇੰਟਮੈਂਟਾਂ ਨੂੰ ਲੈ ਕੇ ਆ, ਤਾਂ ਆਪਾਂ ਜਿਹੜੀ ਜ਼ਰੂਰ ਸ਼ੇਅਰ ਕਰਾਂਗੇ। ਅਤੇ ਇਸ ਦੇ ਲਈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਵਾਲੇ ਬਟਨ ਨੂੰ ਆਲ 'ਤੇ ਜ਼ਰੂਰ ਪ੍ਰੈਸ ਕਰ ਲਿਓ ਤਾਂ ਜੋ ਕੋਈ ਵੀ ਅਪਡੇਟ ਜਿਹੜੀ ਆ ਉਹ ਤੁਸੀਂ ਮਿਸ ਨਾ ਕਰ ਸਕੋ। ਅਤੇ ਇਸ ਤੋਂ ਬਾਅਦ ਅਗਲਾ ਕਮੈਂਟ ਹੈਗਾ ਜੀ ਅੰਸ਼ ਜੋਤ ਵੱਲੋਂ, ਕਹਿੰਦੇ ਭਾਅ ਜੀ ਮੇਰੀ ਗੱਲ ਦਾ ਜਵਾਬ ਨਹੀਂ ਦਿੱਤਾ ਤੁਸੀਂ, ਕਹਿੰਦੇ 66,000 ਪਲੱਸ ਰੈਫਰੈਂਸ ਨੰਬਰ ਆ ਅਤੇ ਕਹਿੰਦੇ ਚੰਡੀਗੜ੍ਹ ਦਾ ਰੈਫਰੈਂਸ ਨੰਬਰ ਆ ਅਤੇ ਕਦੋਂ ਕੁ ਤੱਕ ਕਹਿੰਦੇ ਅਪੁਆਇੰਟਮੈਂਟ ਮਿਲ ਸਕਦੀ ਆ। ਅਤੇ ਚੰਡੀਗੜ੍ਹ ਜਲੰਧਰ ਦੇ ਵਿੱਚ ਅਪੁਆਇੰਟਮੈਂਟ ਮਿਲਣ ਨੂੰ ਜਿਹੜਾ ਕਾਫੀ ਸਮਾਂ ਲੱਗ ਰਿਹਾ ਆ, ਅਤੇ ਦਿੱਲੀ ਦੀ ਜਿਹੜੀ ਕਾਫੀ ਜ਼ਿਆਦਾ ਅਪਡੇਟ ਆ ਰਹੀ ਆ ਪਰ ਅਪੁਆਇੰਟਮੈਂਟਾਂ ਜਿਹੜੀਆਂ ਇਹ ਮਿਲ ਰਹੀਆਂ ਆ, ਅਤੇ ਤੁਸੀਂ ਵੇਟ ਕਰ ਸਕਦੇ ਆ ਅਪੁਆਇੰਟਮੈਂਟ ਕਦੇ ਵੀ ਤੁਹਾਨੂੰ ਜਿਹੜੀ ਇਹ ਮਿਲ ਜਾਣੀ ਆ। ਅਤੇ ਹੁਣ ਜੇ ਆਪਾਂ ਦੇਖ ਲਈਏ ਲਗਭਗ ਸਤੰਬਰ ਮਹੀਨੇ ਦੀਆਂ ਜਿਹੜੀਆਂ ਇਹ ਅਪੁਆਇੰਟਮੈਂਟਾਂ ਮਿਲ ਰਹੀਆਂ ਆ, 10 ਸਤੰਬਰ ਦੇ ਕਰੀਬ ਦੀਆਂ ਜਿਹੜੀਆਂ ਅਪੁਆਇੰਟਮੈਂਟਾਂ ਕਾਫੀ ਜ਼ਿਆਦਾ ਹੁਣ ਮਿਲ ਰਹੀਆਂ ਆ। ਅਤੇ ਇਸ ਤੋਂ ਬਾਅਦ ਅਗਲਾ ਕਮੈਂਟ ਹੈਗਾ ਜੀ ਪਰਮਿੰਦਰ ਲਹਿਰਾ ਵੱਲੋਂ, ਕਹਿੰਦੇ ਹੈਲੋ ਵੀਰ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕਹਿੰਦੇ ਜਿਵੇਂ 1,50,000 ਪਲੱਸ ਹੋ ਗਈਆਂ ਅਪੁਆਇੰਟਮੈਂਟਾਂ ਅਤੇ ਕਹਿੰਦੇ ਸਾਰੇ ਆ ਇਹ ਦਿੱਲੀ ਚੰਡੀਗੜ੍ਹ ਅਤੇ ਜਲੰਧਰ ਨੂੰ ਮਿਲਾ ਕੇ ਆ ਜਾਂ ਫਿਰ ਇਕੱਲੇ ਕਹਿੰਦੇ ਇੱਕੋ ਥਾਂ 'ਤੇ 1,50,000 ਆ, ਅਤੇ ਇੱਥੇ ਜਿਹੜੀਆਂ ਇਹ ਅਪੁਆਇੰਟਮੈਂਟਾਂ ਆ ਟੋਟਲ ਜਲੰਧਰ ਚੰਡੀਗੜ੍ਹ ਅਤੇ ਦਿੱਲੀ ਟੋਟਲ ਮਿਲਾ ਕੇ ਜਿਹੜਾ ਹੈਗਾ 1,50,000 ਤੋਂ ਪਾਰ ਹੋ ਚੁੱਕੀਆਂ ਆ। ਅਤੇ ਜਿਹੜਾ ਰੈਫਰੈਂਸ ਨੰਬਰ ਹੁੰਦਾ ਇੱਕ ਬੰਦੇ ਦਾ ਹੀ ਹੁੰਦਾ ਆ, ਅਤੇ ਇੱਕ ਬੰਦੇ ਤੋਂ ਜ਼ਿਆਦਾ ਜਿਹੜਾ ਇਹ ਰੈਫਰੈਂਸ ਨੰਬਰ ਅਲੱਗ ਅਲੱਗ ਬੰਦਿਆਂ ਨੂੰ ਜਿਹੜਾ ਉਹ ਨਹੀਂ ਦਿੱਤਾ ਜਾਂਦਾ, ਅਤੇ ਇੱਕ ਬੰਦੇ ਦਾ ਇੱਕੋ ਹੀ ਰੈਫਰੈਂਸ ਨੰਬਰ ਹੁੰਦਾ, ਅਤੇ ਉਹਦੇ ਥਰੂ ਤੁਸੀਂ ਅੰਬੈਸੀ ਦੇ ਨਾਲ ਆਪਣੇ ਡਾਕੂਮੈਂਟਾਂ ਪ੍ਰਤੀ ਕੋਈ ਵੀ ਗੱਲਬਾਤ ਜਿਹੜੀ ਉਹ ਕਰ ਸਕਦੇ ਆ, ਅਤੇ ਦੋ ਬੰਦਿਆਂ ਨੂੰ ਇੱਕੋ ਰੈਫਰੈਂਸ ਜਿਹੜਾ ਨੰਬਰ ਉਹ ਨਹੀਂ ਮਿਲ ਸਕਦਾ। ਅਤੇ ਇਸ ਤੋਂ ਬਾਅਦ ਅਗਲਾ ਕਮੈਂਟ ਹੈਗਾ ਜੀ ਬੈਂਸ ਬਾਈਟੀ ਵੱਲੋਂ, ਕਹਿੰਦੇ ਗ੍ਰੀਸ ਦੇ ਪੇਪਰ ਲਾਏ ਆ, ਕਹਿੰਦੇ ਸਾਲ ਵਾਲੇ ਪੇਪਰ ਆ, ਕਹਿੰਦੇ ਇਰਾਦਾ ਮੇਰਾ ਹੈਗਾ ਸਪੇਨ ਆਉਣ ਦਾ, ਅਤੇ ਕਹਿੰਦੇ ਮੈਂ ਬਾਏ ਏਅਰ ਸਪੇਨ ਜਾ ਸਕਦਾ ਜਾਂ ਨਹੀਂ, ਕਹਿੰਦੇ ਅਤੇ ਹੋਰ ਕਿੱਥੇ ਮੇਰੇ ਪੇਪਰ ਬਣ ਸਕਦੇ ਆ। ਅਤੇ ਇੱਥੇ ਜੇਕਰ ਆਪਾਂ ਦੇਖ ਲਈਏ ਤਾਂ ਤੁਸੀਂ ਪਹਿਲਾਂ ਗ੍ਰੀਸ ਆਓ ਤਾਂ ਸਭ ਤੋਂ ਵਧੀਆ ਗੱਲ ਆ, ਅਤੇ ਉਸ ਤੋਂ ਬਾਅਦ ਜਦੋਂ ਤੁਹਾਡੀ ਇਮੀਗ੍ਰੇਸ਼ਨ ਹੋ ਜਾਂਦੀ ਆ ਅਤੇ ਫਿਰ ਤੁਸੀਂ ਸਪੇਨ ਦੇ ਵਿੱਚ ਵੀ ਜਾ ਸਕਦੇ ਆ, ਅਤੇ ਉੱਥੇ ਵੀ ਜਿਹੜੇ ਤੁਹਾਡੇ ਪੇਪਰ ਬਣ ਸਕਦੇ ਆ। ਅਤੇ ਇਸ ਤੋਂ ਬਾਅਦ ਅਗਲਾ ਕਮੈਂਟ ਹੈਗਾ ਜੀ ਦੀਪਕ ਵੱਲੋਂ, ਕਹਿੰਦੇ ਵੀਰ ਅਪੁਆਇੰਟਮੈਂਟ ਕਦ ਖੁੱਲੂਗੀ 6 ਮੰਥ ਵਾਲੇ ਵੈਲਿਡ ਨੂਲੇ ਉਸ ਦੇ ਲਈ, ਅਤੇ ਜੇਕਰ ਤੁਹਾਡਾ ਨੂਲਾ ਉਸਦਾ ਨਿਕਲ ਆਉਂਦਾ ਅਤੇ ਉਸ ਤੋਂ ਬਾਅਦ ਜਦੋਂ ਵੀ ਅਪੁਆਇੰਟਮੈਂਟਾਂ ਓਪਨ ਹੁੰਦੀਆਂ ਤਾਂ ਤੁਸੀਂ ਜਿਹੜਾ ਅਪੁਆਇੰਟਮੈਂਟ ਆਪਣੀ ਬੁੱਕ ਕਰ ਸਕਦੇ ਆ। ਅਤੇ ਇਹਦੇ ਲਈ ਤੁਹਾਨੂੰ ਧਿਆਨ ਰੱਖਣਾ ਪੈਣਾ ਅਪੁਆਇੰਟਮੈਂਟਾਂ ਜਿਹੜੀਆਂ ਕਦੇ ਵੀ ਓਪਨ ਹੋ ਸਕਦੀਆਂ, ਅਤੇ ਅਪੁਆਇੰਟਮੈਂਟ ਜਿਹੜੀ ਇਹ ਤੁਸੀਂ ਆਪਣੀ ਆਪ ਵੀ ਚੱਕ ਸਕਦੇ ਆ, ਅਤੇ ਧਿਆਨ ਰੱਖਿਓ ਅਤੇ ਜਦੋਂ ਵੀ ਤੁਹਾਨੂੰ ਅਪੁਆਇੰਟਮੈਂਟਾਂ ਖੁੱਲੀਆਂ ਮਿਲੀਆਂ ਤਾਂ ਤੁਸੀਂ ਜ਼ਰੂਰ ਭਰ ਦਿਓ, ਅਤੇ ਅਪੁਆਇੰਟਮੈਂਟਾਂ ਜਿਹੜੀਆਂ ਇਹ ਜਲਦੀ ਤੋਂ ਜਲਦੀ ਓਪਨ ਹੁੰਦੀਆਂ ਰਹਿਣਗੀਆਂ ਹੁਣ। ਅਤੇ ਇਸ ਤੋਂ ਬਾਅਦ ਅਗਲਾ ਕਮੈਂਟ ਹੈਗਾ ਜੀ ਜੋਧਾ ਮਾਹੀ ਵੱਲੋਂ, ਕਹਿੰਦੇ 25,890 ਕਹਿੰਦੇ ਰੈਫਰੈਂਸ ਨੰਬਰ ਆ ਚੰਡੀਗੜ੍ਹ ਤੋਂ, ਕਹਿੰਦੇ ਹਲੇ ਤੱਕ ਅਪੁਆਇੰਟਮੈਂਟ ਜਿਹੜੀ ਉਹ ਨਹੀਂ ਮਿਲੀ, ਅਤੇ ਅਪੁਆਇੰਟਮੈਂਟਾਂ ਜਿਹੜੀਆਂ ਹੁਣ ਮਿਲ ਰਹੀਆਂ ਤੁਸੀਂ ਥੋੜ੍ਹੀ ਜਿਹੀ ਵੇਟ ਹੋਰ ਕਰ ਲਓ, ਅਪੁਆਇੰਟਮੈਂਟਾਂ ਜਲਦੀ ਤੋਂ ਜਲਦੀ ਜਿਹੜੀਆਂ ਇਹ ਕਲੀਅਰ ਹੋ ਰਹੀਆਂ ਆ। ਅਤੇ ਇੱਥੇ ਇੱਕ ਹੋਰ ਅਪਡੇਟ ਆ ਰਹੀ ਹੈਗੀ ਆ ਜੀ ਅਪੁਆਇੰਟਮੈਂਟਾਂ ਨੂੰ ਲੈ ਕੇ, ਅਤੇ ਅਪੁਆਇੰਟਮੈਂਟ ਇਹ ਵੀ ਜਿਹੜੀ ਚੰਡੀਗੜ੍ਹ ਤੋਂ ਬੁੱਕ ਹੋਈ ਸੀਗੀ, ਅਤੇ ਰੈਫਰੈਂਸ ਨੰਬਰ ਜਿਹੜਾ ਹੈਗਾ ਆ 2,390 ਪਲੱਸ ਰੈਫਰੈਂਸ ਨੰਬਰ ਆ, ਅਤੇ 12 ਜੂਨ ਨੂੰ ਉਹਨਾਂ ਨੇ ਆਪਣੀ ਜਿਹੜੀ ਇਹ ਅਪੁਆਇੰਟਮੈਂਟ ਬੁੱਕ ਕੀਤੀ ਸੀਗੀ ਚੰਡੀਗੜ੍ਹ ਤੋਂ, ਅਤੇ ਨੂਲਾ ਉਸਤਾ ਜਿਹੜਾ ਸੀਗਾ ਉਹਨਾਂ ਦਾ ਐਕਸਪਾਇਰ ਹੋਇਆ ਸੀਗਾ, ਅਤੇ ਐਕਸਪਾਇਰ ਹੋਣ ਤੋਂ ਪਹਿਲਾਂ ਹੀ ਉਹਨਾਂ ਨੇ ਜਿਹੜੀ ਅਪੁਆਇੰਟਮੈਂਟ ਚੱਕ ਲਈ ਸੀਗੀ, ਅਤੇ 11 ਸਤੰਬਰ ਦੀ ਜਿਹੜੀ ਇਹ ਉਹਨਾਂ ਨੂੰ ਅਪੁਆਇੰਟਮੈਂਟ ਮਿਲੀ ਆ। ਅਤੇ ਇਸ ਤੋਂ ਬਾਅਦ ਅਗਲਾ ਕਮੈਂਟ ਹੈਗਾ ਆ ਜੀ ਕੋਈ ਯੂਜ਼ਰ ਨੇਮ 'ਤੇ, ਕਹਿੰਦੇ ਬਰੋ ਹੁਣ ਜਦੋਂ ਅਪੁਆਇੰਟਮੈਂਟ ਦੀ ਮੇਲ ਆਈ ਅਤੇ ਕਹਿੰਦੇ ਮੇਲ ਦੇ ਉੱਤੇ ਨੇਮ ਕਹਿੰਦੇ ਸੇਮ ਹੁੰਦਾ ਹੈ ਜਾਂ ਜਿੱਦਾਂ ਕਿੱਥੋਂ ਮੇਲ ਆਈ ਹੈ ਉਹਨਾਂ ਦਾ ਨਾਮ ਹੁੰਦਾ, ਕਹਿੰਦੇ ਦੱਸਿਓ ਜ਼ਰੂਰ। ਅਤੇ ਜਿਵੇਂ ਕਿ ਅੰਬੈਸੀ ਵੱਲੋਂ ਤੁਹਾਨੂੰ ਮੇਲ ਆਉਂਦੀ ਅਤੇ ਉੱਤੇ ਲਿਖਿਆ ਹੁੰਦਾ ਕਿ ਇਟਲੀ ਅੰਬੈਸੀ ਵੱਲੋਂ ਇਹ ਤੁਹਾਨੂੰ ਮੇਲ ਆਈ ਆ, ਅਤੇ ਜਿਹਨੂੰ ਮੇਲ ਆਈ ਆ ਉਹਦਾ ਵੀ ਜਿਹੜਾ ਇਹ ਨਾਮ ਉੱਪਰ ਲਿਖਿਆ ਹੁੰਦਾ ਜਾਂ ਫਿਰ ਉਹਦਾ ਰੈਫਰੈਂਸ ਨੰਬਰ ਜਿਹੜਾ ਉੱਪਰ ਲਿਖਿਆ ਹੁੰਦਾ ਆ। ਅਤੇ ਇਸ ਤੋਂ ਬਾਅਦ ਅਗਲਾ ਕਮੈਂਟ ਹੈਗਾ ਜੀ ਟਰੈਵਲ ਐਂਡ ਮੋਰ ਵੱਲੋਂ,
ਕਹਿੰਦੇ ਵੀਰ ਕਿਸੇ ਨੂੰ ਪਤਾ ਟਰੈਵਲ ਇੰਸ਼ੋਰੈਂਸ ਕਿਸ ਦਿਨ ਤੋਂ ਸ਼ੁਰੂ ਹੋਣੀ ਚਾਹੀਦੀ ਹੈ? ਕਹਿੰਦੇ ਜਿਸ ਦਿਨ ਤੋਂ ਅਪੁਆਇੰਟਮੈਂਟ ਡੇਟ ਹੈਗੀ ਆ ਜਾਂ ਫਿਰ ਡੰਮੀ ਟਿਕਟ ਵਾਲੇ ਦਿਨ ਤੋਂ, ਕਹਿੰਦੇ ਦੱਸਣਾ ਵੀਰ, ਕਹਿੰਦੇ ਇਸ ਬਾਰੇ ਜੇਕਰ ਕਿਸੇ ਨੂੰ ਪਤਾ ਆ ਤਾਂ। ਅਤੇ ਇੱਥੇ ਤੁਹਾਡਾ ਟਰੈਵਲ ਮੈਡੀਕਲ ਇੰਸ਼ੋਰੈਂਸ ਅਤੇ ਤੁਹਾਡੀ ਡੰਮੀ ਟਿਕਟ ਜਿਹੜੀ ਆ 1 ਮਹੀਨੇ ਬਾਅਦ ਦੀ ਹੋਣੀ ਚਾਹੀਦੀ ਹੈ ਜਦੋਂ ਤੁਹਾਨੂੰ ਅਪੁਆਇੰਟਮੈਂਟ ਮਿਲਦੀ ਆ, ਕਿਉਂਕਿ ਤੁਹਾਡਾ ਵੀਜ਼ਾ ਲੱਗਣ ਦੇ ਵਿੱਚ 1 ਮਹੀਨਾ ਵੀ ਲੱਗ ਸਕਦਾ ਹੈ ਵੱਧ ਤੋਂ ਵੱਧ, ਅਤੇ ਜ਼ਿਆਦਾਤਰ ਜੇ ਆਪਾਂ ਦੇਖ ਲਈਏ 6 ਦਿਨਾਂ ਦੇ ਵਿੱਚ ਜਿਹੜਾ ਇਹ ਵੀਜ਼ਾ ਲੱਗ ਕੇ ਆ ਜਾਂਦਾ ਆ। ਅਤੇ ਵੀਜ਼ੇ 'ਤੇ ਇੱਕ ਤਰੀਕ ਲਿਖੀ ਹੁੰਦੀ ਆ ਜਿਹਦੇ ਤੋਂ ਤੁਹਾਡਾ ਜਿਹੜਾ ਇਹ ਵੀਜ਼ਾ ਸ਼ੁਰੂ ਹੁੰਦਾ ਆ। ਅਤੇ ਮੰਨ ਕੇ ਚੱਲੀਏ ਆਪਾਂ ਘੱਟੋ ਘੱਟ ਜਿਹੜਾ 1 ਮਹੀਨੇ ਦਾ ਸਮਾਂ ਲੱਗ ਜਾਂਦਾ ਹੈ, ਅਤੇ ਉਸ ਤੋਂ ਬਾਅਦ ਤੁਸੀਂ ਆਪਣੀ ਡੰਮੀ ਟਿਕਟ ਅਤੇ ਟਰੈਵਲ ਮੈਡੀਕਲ ਇੰਸ਼ੋਰੈਂਸ ਜਿਹੜਾ ਉਹ ਕਰਵਾਇਆ ਕਰੋ। ਅਤੇ ਇਸ ਗੱਲ ਦਾ ਧਿਆਨ ਰੱਖਿਓ ਕਿ ਤੁਹਾਡਾ ਟਰੈਵਲ ਮੈਡੀਕਲ ਇੰਸ਼ੋਰੈਂਸ ਜਿਹੜਾ ਇਹ ਡੰਮੀ ਟਿਕਟ ਤੋਂ ਪਹਿਲਾਂ ਹੋਣਾ ਚਾਹੀਦਾ ਹੈ, 3-4 ਦਿਨ ਤੁਸੀਂ ਪਹਿਲਾਂ ਕਰਵਾ ਸਕਦੇ ਹਾਂ। ਅਤੇ ਇਸ ਚੀਜ਼ ਦਾ ਜਿਹੜਾ ਤੁਸੀਂ ਕਾਫੀ ਖਾਸ ਧਿਆਨ ਰੱਖਿਓ। ਅਤੇ ਇਸ ਤੋਂ ਬਾਅਦ ਅਗਲਾ ਕਮੈਂਟ ਹੈਗਾ ਹੈ ਜੀ ਪ੍ਰਭ ਚੰਦੇਰ ਵੱਲੋਂ, ਕਹਿੰਦੇ 12 ਜੂਨ ਵਾਲੇ ਜ਼ਿਆਦਾ ਕਹਿੰਦੇ ਪੰਗਾ ਪਿਆ ਆ ਬਾਈ। ਅਤੇ ਇੱਥੇ ਜਿਹੜੇ ਵੀਰਾਂ ਭਰਾਵਾਂ ਨੇ 12 ਜੂਨ ਨੂੰ ਆਪਣੀ ਅਪੁਆਇੰਟਮੈਂਟ ਬੁੱਕ ਕੀਤੀ ਸੀਗੀ, ਅਤੇ ਉਹਨਾਂ ਨੂੰ ਵੀ ਜਿਹੜੀਆਂ ਇਹ ਅਪੁਆਇੰਟਮੈਂਟਾਂ ਹੁਣ ਮਿਲਣੀਆਂ ਸ਼ੁਰੂ ਹੋ ਚੁੱਕੀਆਂ ਆ। ਅਤੇ 1-2 ਦਿਨ ਦੇ ਵਿੱਚ ਜਿਹੜਾ ਆ ਕਾਫੀ ਆਪਣੇ ਵੀਰਾਂ ਭਰਾਵਾਂ ਨੇ ਜਿਨ੍ਹਾਂ ਨੇ 12 ਜੂਨ ਨੂੰ ਅਪੁਆਇੰਟਮੈਂਟ ਬੁੱਕ ਕੀਤੀ ਸੀਗੀ, ਅਤੇ ਕਾਫੀ ਜਿਹੜੀਆਂ ਉਹਨਾਂ ਨੂੰ ਇਹ ਅਪੁਆਇੰਟਮੈਂਟਾਂ ਮਿਲੀਆਂ ਆ। ਅਤੇ ਜਿਨ੍ਹਾਂ ਦੀ ਅਪੁਆਇੰਟਮੈਂਟ ਹਜੇ ਤੱਕ ਨਹੀਂ ਰਿਜੈਕਟ ਹੋਈ ਤਾਂ ਤੁਹਾਨੂੰ ਜਿਹੜੀ ਅਪੁਆਇੰਟਮੈਂਟ ਉਹ ਜ਼ਰੂਰ ਮਿਲ ਜਾਣੀ ਆ, ਤੁਸੀਂ ਥੋੜ੍ਹੀ ਜਿਹੀ ਵੇਟ ਹੋਰ ਕਰ ਲਓ। ਅਤੇ ਇਸ ਤੋਂ ਬਾਅਦ ਹੁਣ ਆਪਾਂ ਅਗਲਾ ਕਮੈਂਟ ਦੇਖ ਲੈਂਦੇ ਹਾਂ ਜੀ। ਅਗਲਾ ਕਮੈਂਟ ਹੈਗਾ ਆ ਬਿਨੇ ਰਾਣਾ ਵੱਲੋਂ, ਕਹਿੰਦੇ 2023 ਬ੍ਰਿਸੇ ਡੋਮੈਸਟਿਕ ਪੇਪਰ ਕੋਟਾ, ਅਤੇ ਡੋਮੈਸਟਿਕ ਪੇਪਰਾਂ ਦਾ ਕੋਟਾ ਉਨਾ ਹੀ ਆ ਜਿੰਨਾ ਪਹਿਲਾਂ ਸੀਗਾ, ਕਿਉਂਕਿ ਇਹ ਜਿਹੜਾ ਕੋਟਾ ਆ ਸਰਕਾਰ ਵੱਲੋਂ ਨਹੀਂ ਵਧਾਇਆ ਗਿਆ ਹਜੇ 2024 ਵਾਲੇ ਪੇਪਰਾਂ ਦੇ ਲਈ। ਅਤੇ ਡੋਮੈਸਟਿਕ ਅਤੇ ਸਾਲ ਵਾਲੇ ਪੇਪਰਾਂ ਦੇ ਲਈ ਕੋਟਾ ਜਿਹੜਾ ਹਜੇ ਬਿਲਕੁਲ ਸੇਵੇਂ ਹੀ ਆ ਜਿੰਨਾ ਪਹਿਲਾਂ ਸੀਗਾ। ਅਤੇ ਇਸ ਤੋਂ ਬਾਅਦ ਅਗਲਾ ਕਮੈਂਟ ਹੈਗਾ ਆ ਜੀ ਹਰਨੇਕ ਸਿੰਘ ਵੱਲੋਂ, ਕਹਿੰਦੇ ਵੀਰ ਜੀ 18 ਮਾਰਚ ਵਾਲੇ ਪੇਪਰ ਸੀਗੇ ਰੀਜੋ ਸਿਟੀ ਤੋਂ, ਅਤੇ ਟਾਈਮਿੰਗ ਹੈਗੀ ਆ 9:09 ਅਤੇ 4 ਸੈਕਿੰਡ, ਕਹਿੰਦੇ ਚਾਂਸ ਹੈਗੇ ਆ। ਹਾਂਜੀ ਬਿਲਕੁਲ ਚਾਂਸ ਹੈਗੇ ਆ, ਜੇਕਰ ਤੁਹਾਡੇ ਪੇਪਰ ਕੋਟੇ ਵਿੱਚ ਆਏ ਆ ਤਾਂ ਤੁਹਾਡੇ ਜਿਹੜੇ ਪੇਪਰ ਉਹ ਜ਼ਰੂਰ ਨਿਕਲੂਗੇ, ਅਤੇ ਜੇਕਰ ਪੇਪਰ ਕੋਟੇ ਵਿੱਚੋਂ ਬਾਹਰ ਆ ਫਿਰ ਥੋੜ੍ਹੇ ਜਿਹੇ ਚਾਂਸ ਘੱਟ ਆ, ਪਰ ਹਜੇ ਤੁਸੀਂ ਵੇਟ ਕਰ ਸਕਦੇ ਆ। ਅਤੇ ਇਸ ਤੋਂ ਬਾਅਦ ਅਗਲਾ ਕਮੈਂਟ ਹੈਗਾ ਜੀ ਸਾਹਿਬ ਸਿੰਘ ਵੱਲੋਂ, ਕਹਿੰਦੇ ਭਾਅ ਜੀ ਨਾਪੋਲੀ ਤੋਂ 18 ਮਾਰਚ ਵਾਲੇ ਪੇਪਰ ਭਰੇ ਸੀਗੇ, ਅਤੇ ਕਹਿੰਦੇ ਉਹਨਾਂ ਦਾ ਕੋਟਾ ਵਧਣ ਦੇ ਚਾਂਸ ਹੈਗੇ ਆ ਜਾਂ ਨਹੀਂ? ਅਤੇ 18 ਮਾਰਚ ਵਾਲੇ ਜਾਂ ਜਿਹੜੇ 21 ਤਰੀਕ ਨੂੰ ਡੋਮੈਸਟਿਕ ਪੇਪਰ ਭਰ ਹੋਏ ਸੀਗੇ, ਇਹਨਾਂ ਦਾ ਕੋਟਾ ਲਗਭਗ ਪਹਿਲੀ ਸਰਕਾਰ ਨੇ ਜਿਹੜਾ ਵੰਡ ਦਿੱਤਾ ਸੀਗਾ, ਪਰ ਹੋ ਸਕਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਜਿਵੇਂ 2023 ਵਾਲੇ ਪੇਪਰਾਂ ਦੇ ਲਈ ਕੋਟਾ ਵਧਾਇਆ ਅਤੇ 2024 ਵਾਲੇ ਪੇਪਰਾਂ ਦੇ ਲਈ ਵੀ ਕੋਟਾ ਵਧਾ ਦੇਵੇ ਸਾਲ ਵਾਲੇ ਅਤੇ ਡੋਮੈਸਟਿਕਾਂ ਦੇ ਲਈ, ਪਰ ਇਸ ਦੇ ਲਈ ਆਪਾਂ ਨੂੰ ਹਜੇ ਵੇਟ ਕਰਨੀ ਪਊਗੀ। ਪਰ ਹਜੇ ਤੱਕ ਜਿਹੜੀ ਇਸ ਬਾਰੇ ਕੋਈ ਵੀ ਅਪਡੇਟ ਜਿਹੜੀ ਉਹ ਨਹੀਂ ਦਿੱਤੀ ਗਈ ਸਰਕਾਰ ਵੱਲੋਂ, ਅਤੇ ਹਜੇ ਕੋਟਾ ਡੋਮੈਸਟਿਕ ਅਤੇ ਸਾਲ ਵਾਲੇ ਪੇਪਰਾਂ ਦਾ ਉਨਾ ਹੀ ਹੈ ਜਿੰਨਾ ਪਹਿਲਾਂ ਵੰਡਿਆ ਸੀਗਾ। ਅਤੇ ਇਸ ਤੋਂ ਬਾਅਦ ਅਗਲਾ ਕਮੈਂਟ ਹੈਗਾ ਜੀ ਰਵਨੀਤ ਵੱਲੋਂ, ਕਹਿੰਦੇ ਵੀਰ ਜੀ ਮੈਨੂੰ ਕਨਫਰਮੇਸ਼ਨ ਮੇਲ ਕਹਿੰਦੇ ਨਹੀਂ ਆਈ ਸਕਰੀਨ 'ਤੇ, ਰੈਫਰੈਂਸ ਨੰਬਰ ਕਹਿੰਦੇ ਆ ਗਿਆ ਆ, ਕਹਿੰਦੇ ਹੋ ਸਕਦਾ ਆ ਦੱਸੋ ਮੇਲ ਆ ਸਕਦੀ ਹੈ ਜਾਂ ਨਹੀਂ? ਅਤੇ ਇੱਥੇ ਜੇਕਰ ਤੁਹਾਨੂੰ ਰੈਫਰੈਂਸ ਨੰਬਰ ਮਿਲ ਚੁੱਕਾ ਤਾਂ ਘਬਰਾਉਣ ਦੀ ਲੋੜ ਨਹੀਂ ਹੈਗੀ, ਤੁਹਾਡਾ ਸਾਰਾ ਕੰਮ ਜਿਹੜਾ ਉਹ ਹੋ ਜਾਣਾ ਆ, ਅਤੇ ਅਪੁਆਇੰਟਮੈਂਟ ਜਿਹੜੀ ਆ ਉਹ ਵੀ ਤੁਹਾਨੂੰ ਮਿਲ ਜਾਣੀ ਆ, ਘਬਰਾਉਣ ਦੀ ਲੋੜ ਨਹੀਂ ਹੈਗੀ। ਅਤੇ ਇਸ ਤੋਂ ਬਾਅਦ ਅਗਲਾ ਕਮੈਂਟ ਦੇਖ ਲੈਂਦੇ, ਅਗਲਾ ਕਮੈਂਟ ਹੈਗਾ ਜੀ ਸੁਨੀਲ ਖੱਤਰੀ ਵੱਲੋਂ, ਅਤੇ ਕਹਿੰਦੇ ਵੀਰ ਜੀ 7049 ਕਹਿੰਦੇ ਰੈਫਰੈਂਸ ਨੰਬਰ ਆ, ਅਤੇ ਕਹਿੰਦੇ ਜਲੰਧਰ ਦੇ ਵਿੱਚ ਬੁੱਕ ਕੀਤੀ ਸੀਗੀ ਅਪੁਆਇੰਟਮੈਂਟ, ਕਹਿੰਦੇ ਮਿਲ ਸਕਦੀ ਹੈ ਜਾਂ ਨਹੀਂ? ਜ਼ਰੂਰ ਅਪਲਾਈ ਕਰਿਓ। ਅਤੇ ਇੱਥੇ ਹਾਂਜੀ ਆਪਣੇ ਇੱਕ ਵੀਰ ਨੂੰ ਅਪੁਆਇੰਟਮੈਂਟ ਮਿਲੀ ਹੈਗੀ ਹੈ ਜਿਨ੍ਹਾਂ ਦਾ ਰੈਫਰੈਂਸ ਨੰਬਰ ਸੀਗਾ 7681 ਦੇ ਕਰੀਬ, ਅਤੇ 5 ਸਤੰਬਰ ਨੂੰ ਇਹਨਾਂ ਨੂੰ ਅਪੁਆਇੰਟਮੈਂਟ ਮਿਲੀ ਆ ਅਤੇ ਬੁੱਕ ਕੀਤੀ ਸੀਗੀ ਇਹਨਾਂ ਨੇ 14 ਜੂਨ ਨੂੰ, ਅਤੇ ਅਪੁਆਇੰਟਮੈਂਟਾਂ ਮਿਲ ਰਹੀਆਂ ਜਿਨ੍ਹਾਂ ਦੇ ਰੈਫਰੈਂਸ ਨੰਬਰ ਘੱਟ ਵੀ ਆ ਅਤੇ ਉਹਨਾਂ ਨੂੰ ਵੀ ਜਿਹੜੀਆਂ ਅਪੁਆਇੰਟਮੈਂਟਾਂ ਮਿਲ ਰਹੀਆਂ ਆ। ਅਤੇ ਇਸ ਤੋਂ ਬਾਅਦ ਅਗਲਾ ਕਮੈਂਟ ਹੈਗਾ ਜੀ ਕੋਈ ਯੂਜ਼ਰ ਨੇਮ, ਕਹਿੰਦੇ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ, ਕਹਿੰਦੇ ਅਸੀਂ ਸੁਣਿਆ ਹੈਗਾ ਕਿ ਇਟਲੀ ਵਿੱਚ ਇਮੀਗ੍ਰੇਸ਼ਨ ਓਪਨ ਹੋ ਰਹੀ ਆ 1 ਅਕਤੂਬਰ, ਅਤੇ ਕਹਿੰਦੇ ਇਹ ਗੱਲ ਸੱਚੀ ਆ ਜਾਂ ਨਹੀਂ? ਕਹਿੰਦੇ ਏਜੰਟ ਵੈਸੇ ਹੀ ਗੱਲਾਂ ਬਣਾ ਰਹੇ ਆ, ਅਤੇ ਕਹਿੰਦੇ ਜਾਣਕਾਰੀ ਜ਼ਰੂਰ ਦਿਓ।
ਅਤੇ ਇੱਥੇ ਆਪਾਂ ਦੇਖ ਲਈਏ ਸਰਕਾਰ ਵੱਲੋਂ ਜਿਹੜੀ ਇੱਕ ਪੱਕੀ ਤਰੀਕ ਰੱਖੀ ਗਈ ਹੈ ਦਿਕਰੇਤੋ ਫਲੂਸੀ ਦੀ, ਅਤੇ ਸੀਗੀ ਜੀ 2023 ਦੇ ਵਿੱਚ ਦਸੰਬਰ ਮਹੀਨੇ ਅਤੇ 2024 ਦੇ ਵਿੱਚ ਮਾਰਚ ਮਹੀਨੇ, ਅਤੇ 2025 ਦੇ ਵਿੱਚ ਹੁਣ ਭਰ ਹੋਣਗੇ ਪੇਪਰ 9 ਮਹੀਨੇ ਵਾਲੇ ਸਾਲ ਅਤੇ ਡੋਮੈਸਟਿਕ, ਅਤੇ ਉਹ ਭਰ ਹੋਣਗੇ ਫਰਵਰੀ ਮਹੀਨੇ ਦੇ ਵਿੱਚ, ਅਤੇ ਤਰੀਕਾਂ ਜਿਹੜੀਆਂ ਇਹ ਅੱਗੇ ਪਿੱਛੇ ਹੋ ਸਕਦੀਆਂ ਆਪਾਂ ਤੁਹਾਨੂੰ ਨੇੜੇ ਜਾ ਕੇ ਦੱਸਾਂਗੇ। ਅਤੇ ਇਸ ਤੋਂ ਪਹਿਲਾਂ ਜੇਕਰ ਕੋਈ ਵੀ ਅਪਡੇਟ ਆਉਂਦੀ ਹੈ ਆਪਾਂ ਜਿਹੜੀ ਤੁਹਾਡੇ ਤੱਕ ਜ਼ਰੂਰ ਸ਼ੇਅਰ ਕਰ ਦੇਣੀ ਆ। ਅਤੇ ਏਜੰਟਾਂ ਦੀਆਂ ਗੱਲਾਂ ਵਿੱਚ ਤੁਸੀਂ ਨਾ ਆਇਓ, ਜਦੋਂ ਵੀ ਪੇਪਰ ਖੁੱਲ੍ਹਣੇ ਆ ਸਾਡੇ ਵੱਲੋਂ ਤੁਹਾਡੇ ਤੱਕ ਜਿਹੜੀ ਅਪਡੇਟ ਇਹ ਪਹੁੰਚਾ ਦਿੱਤੀ ਜਾਊਗੀ। ਅਤੇ ਇਸ ਤੋਂ ਬਾਅਦ ਅਗਲਾ ਕਮੈਂਟ ਹੈਗਾ ਜੀ ਸਟੇ ਫਿੱਟ ਵਿਦ ਸੰਦੀਪ, ਕਹਿੰਦੇ ਭਾਅ ਜੀ ਜੂਨ ਮੰਥ ਨੂੰ ਵੈਬ ਫੋਰਮ ਫਿਲ ਕੀਤਾ ਸੀਗਾ ਨੂਲਾ ਉਸ ਦਾ, ਕਹਿੰਦੇ ਅਪਲੋਡ ਕੀਤਾ ਸੀਗਾ, ਅਤੇ ਕਹਿੰਦੇ ਰੈਫਰੈਂਸ ਨੰਬਰ ਵੀ ਮਿਲ ਚੁੱਕਾ ਹੈ ਅਤੇ ਕੋਈ ਅਪਡੇਟ ਕਹਿੰਦੇ ਹਜੇ ਤੱਕ ਨਹੀਂ ਆਈ, ਅਤੇ ਕਹਿੰਦੇ ਮੇਰਾ ਨੂਲਾ ਉਸ ਦਾ ਵੀ ਐਕਸਪਾਇਰ ਹੋ ਗਿਆ, ਵੀਰ ਅਪੁਆਇੰਟਮੈਂਟ ਆਊਗੀ ਜਾਂ ਨਹੀਂ ਐਕਸਪਾਇਰ ਆ। ਅਤੇ ਹਾਂਜੀ ਬਿਲਕੁਲ ਅਪੁਆਇੰਟਮੈਂਟ ਆ ਜਿਹੜੀਆਂ ਇਹ ਮਿਲਣੀਆਂ, ਜੇਕਰ ਤੁਹਾਡੀ ਇੱਕ ਵਾਰ ਅਪੁਆਇੰਟਮੈਂਟ ਬੁੱਕ ਹੋ ਜਾਂਦੀ ਆ ਅਤੇ ਉਸ ਤੋਂ ਬਾਅਦ ਭਾਵੇਂ ਤੁਹਾਡਾ ਨੂਲਾ ਉਸ ਦਾ ਐਕਸਪਾਇਰ ਵੀ ਹੋ ਜਾਵੇ, ਤੁਹਾਨੂੰ ਜਿਹੜੀ ਅਪੁਆਇੰਟਮੈਂਟ ਉਹ ਜ਼ਰੂਰ ਮਿਲਦੀ ਆ, ਅਤੇ ਤੁਸੀਂ ਵੇਟ ਕਰ ਸਕਦੇ ਹੋ। ਜਿਨ੍ਹਾਂ ਦੀਆਂ ਹਜੇ ਤੱਕ ਅਪੁਆਇੰਟਮੈਂਟਾਂ ਰਿਜੈਕਟ ਨਹੀਂ ਹੋਈਆਂ ਤਾਂ ਅਪੁਆਇੰਟਮੈਂਟਾਂ ਜਿਹੜੀਆਂ ਇਹ ਤੁਹਾਨੂੰ ਜ਼ਰੂਰ ਮਿਲ ਜਾਣੀਆਂ, ਉਹ ਵੀ ਜਲਦੀ ਤੋਂ ਜਲਦੀ। ਅਤੇ ਹੁਣ ਜਿਹੜਾ ਆ ਕਾਫੀ ਜਲਦੀ ਨਾਲ ਜਿਹੜੀਆਂ ਇਹ ਅਪੁਆਇੰਟਮੈਂਟਾਂ ਕਲੀਅਰ ਹੋ ਰਹੀਆਂ ਆ। ਅਤੇ ਇੱਥੇ ਇੱਕ ਵੀਰ ਦਾ ਕਮੈਂਟ ਹੈਗਾ ਆ, ਕਹਿੰਦੇ ਮੇਰੇ ਦੋਸਤ ਨੂੰ ਅਪੁਆਇੰਟਮੈਂਟ ਮਿਲੀ ਆ 27 ਨੂੰ, 27 ਅਗਸਤ ਨੂੰ, ਕਹਿੰਦੇ 67,000 ਪਲੱਸ ਉਹਨਾਂ ਦਾ ਰੈਫਰੈਂਸ ਨੰਬਰ ਸੀਗਾ ਅਤੇ ਦਿੱਲੀ ਤੋਂ ਜਿਹੜੀ ਉਹਨਾਂ ਨੂੰ ਅਪੁਆਇੰਟਮੈਂਟ ਮਿਲੀ ਆ। ਅਤੇ ਇੱਥੇ ਆਪਾਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਇਸ ਵੀਰ ਦਾ ਸਾਡੇ ਨਾਲ ਸ਼ੇਅਰ ਕਰਨ ਦੇ ਲਈ। ਅਤੇ ਇਸ ਤੋਂ ਬਾਅਦ ਅਗਲਾ ਕਮੈਂਟ ਹੈਗਾ ਜੀ ਹਰਵਿੰਦਰ ਕੌਰ ਵੱਲੋਂ, ਕਹਿੰਦੇ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕਹਿੰਦੇ ਵੀਰ ਜੀ ਰੀਜੋ ਤੋਂ ਕਹਿੰਦੇ ਮੇਰੇ ਪੇਪਰ ਸੀਗੇ 9:09 'ਤੇ ਫੇਲ ਹੋਏ ਸੀਗੇ, ਕਹਿੰਦੇ ਨਿਕਲ ਸਕਦੇ ਆ ਜਾਂ ਨਹੀਂ ਜ਼ਰੂਰ ਦੱਸਿਓ। ਅਤੇ ਹਾਂਜੀ ਬਿਲਕੁਲ ਤੁਹਾਡੇ ਪੇਪਰ ਨਿਕਲ ਸਕਦੇ ਆ, ਹੁਣ ਤੁਸੀਂ ਇਹ ਵੀ ਜ਼ਰੂਰ ਦੱਸਿਆ ਕਰੋ ਤੁਹਾਡੇ ਕਿਹੜੇ ਪੇਪਰ ਸੀਗੇ, ਸਾਲ ਵਾਲੇ ਸੀ, ਡੋਮੈਸਟਿਕ ਸੀਗੇ ਜਾਂ 9 ਮਹੀਨੇ ਵਾਲੇ। ਅਤੇ ਜੇਕਰ ਸਾਲ ਵਾਲੇ ਅਤੇ ਡੋਮੈਸਟਿਕ ਪੇਪਰ ਆ ਤਾਂ ਤੁਸੀਂ ਆਪਣੇ ਏਜੰਟ ਦੇ ਨਾਲ ਗੱਲ ਕਰ ਲਿਓ ਤੁਹਾਡੇ ਪੇਪਰ ਕੋਟੇ ਵਿੱਚ ਹੈਗੇ ਆ ਜਾਂ ਨਹੀਂ। ਅਤੇ ਫਿਰ ਜੇ 9 ਮਹੀਨੇ ਵਾਲੇ ਪੇਪਰ ਆ, ਇਹ ਪੇਪਰ ਜਿਹੜੇ ਜਿਵੇਂ ਕਿ ਹੋਰ ਕੋਟਾ ਵੰਡਿਆ ਗਿਆ ਸੀਗਾ ਉਹਦੇ ਹਿਸਾਬ ਦੇ ਨਾਲ ਜਿਹੜੇ ਨਿਕਲਣੇ ਸ਼ੁਰੂ ਹੋ ਚੁੱਕੇ ਆ, ਅਤੇ ਤੁਸੀਂ ਵੇਟ ਕਰ ਸਕਦੇ ਆ। ਅਤੇ ਇਸ ਤੋਂ ਬਾਅਦ ਅਗਲਾ ਕਮੈਂਟ ਹੈਗਾ ਜੀ ਅਰਜੁਨ ਕੁਮਾਰ ਵੱਲੋਂ, ਕਹਿੰਦੇ ਵੀਰ ਜੀ ਹੁਣ ਕਦੋਂ ਉਹ ਅਪੁਆਇੰਟਮੈਂਟਾਂ ਕਹਿੰਦੇ ਓਪਨ ਹੋਣਗੀਆਂ, ਕਹਿੰਦੇ ਮੈਨੂੰ ਅਪੁਆਇੰਟਮੈਂਟ ਨਹੀਂ ਮਿਲ ਰਹੀ। ਅਤੇ ਇੱਥੇ ਘਬਰਾਉਣ ਦੀ ਲੋੜ ਨਹੀਂ ਹੈਗੀ, ਤੁਸੀਂ ਜਲਦਬਾਜ਼ੀ ਦੇ ਚੱਕਰ ਦੇ ਵਿੱਚ ਏਜੰਟਾਂ ਕੋਲ ਨਾ ਫਸ ਜਾਇਓ, ਅਤੇ ਏਜੰਟਾਂ ਨੇ ਪੈਸੇ ਵੀ ਜ਼ਿਆਦਾ ਲੈ ਲੈਣੇ ਆ ਅਤੇ ਬਾਅਦ ਦੇ ਵਿੱਚ ਉਹ ਕਾਫੀ ਚੱਕਰ ਵੀ ਪਾ ਦਿੰਦੇ, ਇਸ ਕਰਕੇ ਇਹਨਾਂ ਨਾਲੋਂ ਵਧੀਆ ਇਹੀ ਹੈ ਕਿ ਤੁਸੀਂ ਆਪਣੀ ਜਿਹੜੀ ਅਪੁਆਇੰਟਮੈਂਟ ਇਹ ਆਪੇ ਚੱਕਿਓ, ਕਿਉਂਕਿ ਇਸ ਤਰੀਕੇ ਨਾਲ ਤੁਹਾਡੀ ਜਿਹੜੀ ਸਾਰੀ ਡਿਟੇਲ ਉਹ ਤੁਹਾਡੇ ਹੱਥ ਦੇ ਵਿੱਚ ਹੋਊਗੀ, ਅਤੇ ਉਸ ਤੋਂ ਤੁਸੀਂ ਜਿਹੜਾ ਹੈ ਸਹੀ ਤਰੀਕੇ ਨਾਲ ਆਪਣੀ ਡਿਟੇਲ ਭਰ ਸਕਦੇ ਹਾਂ। ਕਿਉਂਕਿ ਜੇਕਰ ਏਜੰਟ ਨੇ ਗਲਤ ਭਰ ਦਿੱਤੀ ਤਾਂ ਤੁਹਾਡਾ ਜਿਹੜਾ ਇਹ ਸਾਰਾ ਕੰਮ ਖਰਾਬ ਹੋ ਸਕਦਾ ਆ, ਅਤੇ ਇਸ ਤਰੀਕੇ ਨਾਲ ਤੁਹਾਡੇ ਜਿਹੜੇ ਪੈਸੇ ਵੀ ਬਚਣਗੇ ਅਪੁਆਇੰਟਮੈਂਟਾਂ ਦੇ। ਅਤੇ ਅਪੁਆਇੰਟਮੈਂਟ ਚੱਕਣ ਦੇ ਲਈ ਤੁਸੀਂ ਗੂਗਲ ਦੇ ਉੱਤੇ ਜਾ ਕੇ BFS ਵੈੱਬ ਫੋਰਮ ਭਰ ਦਿਓ, ਅਤੇ ਜਦੋਂ ਵੀ ਉਹ ਸਾਈਟ ਦੇ ਉੱਤੇ ਤੁਹਾਨੂੰ ਵੈੱਬ ਫੋਰਮ ਖੁੱਲ੍ਹਾ ਮਿਲਿਆ ਤਾਂ ਤੁਸੀਂ ਆਪਣਾ ਫਾਰਮ ਜਿਹੜਾ ਉਹ ਭਰ ਸਕਦੇ ਆ। ਅਤੇ ਇੱਥੇ ਇੱਕ ਗੱਲ ਦਾ ਧਿਆਨ ਰੱਖਿਓ, ਜਦੋਂ ਵੀ ਤੁਸੀਂ ਆਪਣੀ ਡਿਟੇਲ ਭਰਦੇ ਹੋਵੋਗੇ ਤਾਂ ਪੂਰੇ ਧਿਆਨ ਨਾਲ ਭਰਿਓ, ਅਤੇ ਉਹਦੇ ਨਾਲ ਨਾਲ ਤੁਸੀਂ ਆਪਣੀ ਈਮੇਲ ਜਿਹੜੀ ਆ ਉਹ ਵੀ ਸਹੀ ਦਿਓ, ਜਿਹੜੀ ਵੈਲਿਡ ਈਮੇਲ ਹੋਵੇ, ਤਾਂ ਜੋ ਤੁਹਾਨੂੰ ਰੈਫਰੈਂਸ ਨੰਬਰ ਅਤੇ ਅਪੁਆਇੰਟਮੈਂਟ ਦੀ ਤਰੀਕ ਜਿਹੜੀ ਆ ਸਹੀ ਤਰੀਕੇ ਨਾਲ ਮਿਲ ਜਾਵੇ। ਅਤੇ ਇਸ ਤੋਂ ਬਾਅਦ ਅਗਲਾ ਕਮੈਂਟ ਹੈਗਾ ਜੀ ਦੀਪ ਰਾਣਾ ਵੱਲੋਂ, ਕਹਿੰਦੇ ਭਾਅ ਜੀ ਨਾ ਪੋਲੀ ਦਾ ਕਿੰਨਾ ਕੋਟਾ ਹੈ 9 ਮੰਥ ਵਾਲੇ ਪੇਪਰਾਂ ਦਾ, ਅਤੇ ਨਾ ਪੋਲੀ ਨੂੰ ਨਵੀਂ ਲਿਸਟ ਦੇ ਵਿੱਚ ਕੋਈ ਵੀ ਕੋਟਾ ਜਿਹੜਾ ਨਹੀਂ ਵੰਡਿਆ ਗਿਆ, ਅਤੇ ਨਾ ਪੋਲੀ ਦਾ ਕੋਟਾ ਉਨਾ ਹੀ ਹੈ ਜਿੰਨਾ ਪਹਿਲਾਂ ਸੀਗਾ। ਅਤੇ ਇਸ ਤੋਂ ਬਾਅਦ ਅਗਲਾ ਕਮੈਂਟ ਹੈਗਾ ਜੀ ਕੋਈ ਯੂਜ਼ਰ ਨੇਮ 'ਤੇ, ਕਹਿੰਦੇ ਭਾਅ ਜੀ ਮੇਰੇ ਪੇਪਰ RECT ਤੋਂ ਭਰ ਹੋਏ ਸੀਗੇ 4 ਦਸੰਬਰ 2023 ਨੂੰ, ਕਹਿੰਦੇ ਪੇਪਰ ਭਰੇ ਸੀਗੇ 9:05:46 'ਤੇ, ਅਤੇ ਡੋਮੈਸਟਿਕ ਪੇਪਰ ਸੀਗੇ ਇਹਨਾਂ ਦੇ, ਅਤੇ ਕਹਿੰਦੇ ਕੋਈ ਚਾਂਸ ਹੈਗਾ ਪੇਪਰ ਨਿਕਲਣ ਦਾ, ਅਤੇ RE ਕਹਿੰਦੇ ਕਿਹੜੀ ਸਿਟੀ ਆ, ਅਤੇ RE ਦਾ ਮਤਲਬ ਹੁੰਦਾ ਹੈਗਾ ਜੀ ਰੀਜੋ ਅਮੀਲੀਆ, ਅਤੇ ਉੱਥੋਂ ਤੁਹਾਡੇ ਜਿਹੜੇ ਇਹ ਪੇਪਰ ਭਰ ਹੋਏ ਆ, ਅਤੇ ਡੋਮੈਸਟਿਕ ਪੇਪਰ ਜਿਹੜੇ ਤੁਹਾਡੇ ਘਰਾਂ ਦੇ ਵਿੱਚ ਕੰਮ ਕਾਰ ਕਰਨ ਦੇ ਲਈ ਭਰੇ ਜਾਂਦੇ ਉਹ ਪੇਪਰ ਜਿਹੜੇ ਤੁਹਾਡੇ ਇਹ ਭਰ ਹੋਏ ਆ, ਅਤੇ ਕੋਟਾ ਜਿਹੜਾ ਕਾਫੀ ਘੱਟ ਹੁੰਦਾ, ਇਸ ਕਰਕੇ ਤੁਸੀਂ ਆਪਣੇ ਏਜੰਟ ਦੇ ਨਾਲ ਸੰਪਰਕ ਜ਼ਰੂਰ ਕਰ ਲਿਓ,
ਅਤੇ ਜੇਕਰ ਤੁਹਾਡੇ ਪੇਪਰ ਕੋਟੇ ਵਿੱਚ ਹੈਗੇ ਆ ਦਸੰਬਰ ਵਾਲੇ, ਫਿਰ ਤਾਂ ਜਿਹੜੇ ਤੁਹਾਡੇ ਪੇਪਰ ਜ਼ਰੂਰ ਨਿਕਲੂਗੇ। ਅਤੇ ਜੇਕਰ ਪੇਪਰ ਕੋਟੇ ਵਿੱਚੋਂ ਬਾਹਰ ਆ ਤਾਂ ਪੇਪਰ ਨਿਕਲਣ ਦੇ ਚਾਂਸ ਜਿਹੜੇ ਹੁਣ ਕਾਫੀ ਘੱਟ ਆ। ਅਤੇ ਇਸ ਤੋਂ ਬਾਅਦ ਅਗਲਾ ਕਮੈਂਟ ਹੈਗਾ ਜੀ ਤਜਿੰਦਰ ਸਿੰਘ ਮੱਲ ਵੱਲੋਂ, ਕਹਿੰਦੇ ਹੈਲੋ ਭਾਅ ਜੀ, ਮੇਰਾ ਰੈਫਰੈਂਸ ਨੰਬਰ 900 ਆ ਭਾਅ ਜੀ, ਕਹਿੰਦੇ ਹਜੇ ਤੱਕ ਅਪੁਆਇੰਟਮੈਂਟ ਕਹਿੰਦੇ ਨਹੀਂ ਮਿਲੀ, ਅਤੇ ਰੀਅਪਲੋਡ ਕਹਿੰਦੇ ਕੀਤੇ ਸੀਗੇ ਪੇਪਰ 12 ਜੂਨ ਨੂੰ ਚੁੱਕੀ ਸੀਗੀ ਚੰਡੀਗੜ੍ਹ ਦੀ, ਅਤੇ ਚੰਡੀਗੜ੍ਹ ਤੋਂ ਵੀ ਅਤੇ ਹੋਰ ਵੀ ਜਲੰਧਰ ਤੋਂ ਅਤੇ ਦਿੱਲੀ ਤੋਂ ਵੀ ਜਿਨ੍ਹਾਂ ਨੂੰ ਘੱਟ ਰੈਫਰੈਂਸ ਨੰਬਰ ਸੀਗੇ ਅਤੇ ਉਹਨਾਂ ਨੂੰ ਅਪੁਆਇੰਟਮੈਂਟਾਂ ਜਿਹੜੀਆਂ ਇਹ ਮਿਲਣੀਆਂ ਸ਼ੁਰੂ ਹੋ ਚੁੱਕੀਆਂ, ਅਤੇ ਰੀਅਪਲੋਡ ਤੁਹਾਡੇ ਸੀਗੇ ਅਤੇ ਹੋ ਸਕਦਾ ਤੁਹਾਨੂੰ ਥੋੜ੍ਹਾ ਜਿਹਾ ਟਾਈਮ ਲੱਗ ਸਕਦਾ ਆ, ਅਤੇ ਜਿਨ੍ਹਾਂ ਦੇ ਰੀਅਪਲੋਡ ਨਹੀਂ ਸੀਗੇ ਅਤੇ ਉਹਨਾਂ ਨੂੰ ਜਿਹੜੀਆਂ ਹੁਣ ਅਪੁਆਇੰਟਮੈਂਟਾਂ ਜਿਹੜੀਆਂ ਇਹ ਮਿਲਣੀਆਂ ਸ਼ੁਰੂ ਹੋ ਚੁੱਕੀਆਂ, ਅਤੇ ਤੁਸੀਂ ਵੀ ਥੋੜ੍ਹੀ ਜਿਹੀ ਵੇਟ ਕਰ ਲਓ, ਜੇਕਰ ਤੁਹਾਡੀ ਅਪੁਆਇੰਟਮੈਂਟ ਨਹੀਂ ਰਿਜੈਕਟ ਹੋਈ ਤਾਂ ਤੁਹਾਨੂੰ ਜਿਹੜੀ ਅਪੁਆਇੰਟਮੈਂਟ ਇਹ ਜ਼ਰੂਰ ਮਿਲ ਜਾਣੀ ਆ। ਅਤੇ ਇਸ ਤੋਂ ਬਾਅਦ ਅਗਲਾ ਕਮੈਂਟ ਹੈਗਾ ਜੀ ਜਸਵਿੰਦਰ ਸਿੰਘ ਵੱਲੋਂ, ਕਹਿੰਦੇ ਵੀਰ ਜੀ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ, ਕਹਿੰਦੇ ਮੇਰੇ ਪੇਪਰ 12 ਤੋਂ ਕਲਿੱਕ ਹੋਏ ਸੀਗੇ 9 ਮੰਥ ਵਾਲੇ, ਅਤੇ 2024 ਵਿੱਚ ਕਹਿੰਦੇ ਭਰ ਹੋਏ ਸੀਗੇ, ਅਤੇ ਟਾਈਮਿੰਗ ਹੈਗੀ ਆ 9:53:51 'ਤੇ, ਅਤੇ ਕਹਿੰਦੇ ਵੀਰ ਜੀ ਦੱਸਣਾ ਕਦੋਂ ਕੁ ਤੱਕ ਪੇਪਰ ਨਿਕਲ ਸਕਦੇ ਆ 12 ਵਿੱਚੋਂ, ਕਹਿੰਦੇ ਕੋਈ ਅਪਡੇਟ ਹੈਗੀ ਆ ਜ਼ਰੂਰ ਦੱਸਿਓ। ਹਾਂਜੀ, 12 ਸ਼ਹਿਰ ਵਾਲਿਆਂ ਦੇ ਲਈ ਇੱਕ ਖੁਸ਼ਖਬਰੀ ਆ, ਜਿਹੜੇ 9 ਮਹੀਨੇ ਵਾਲੇ ਪੇਪਰ ਭਰਵਾਇਓ ਆ, ਅਤੇ ਜਿਹੜੀ ਇਹ 9 ਮਹੀਨੇ ਵਾਲੀ ਨਵੀਂ ਲਿਸਟ ਜਾਰੀ ਹੋਈ ਸੀਗੀ ਉਹਦੇ ਵਿੱਚ 12 ਨੂੰ ਜਿਹੜਾ ਕਾਫੀ ਜ਼ਿਆਦਾ ਕੋਟਾ ਵੰਡਿਆ ਗਿਆ ਆ, ਅਤੇ 12 ਨੂੰ ਦੇਖ ਲਈਏ ਆਪਾਂ 400 ਕੋਟਾ ਜਿਹੜਾ ਹੋਰ ਵੰਡਿਆ ਗਿਆ ਸੀਗਾ, ਅਤੇ ਟਾਈਮਿੰਗ ਤੁਹਾਡੀ ਬਹੁਤ ਵਧੀਆ, ਤੁਹਾਡੇ ਜਿਹੜੇ ਪੇਪਰ ਉਹ ਜ਼ਰੂਰ ਨਿਕਲ ਸਕਦੇ ਆ, ਬਸ ਥੋੜ੍ਹੀ ਜਿਹੀ ਤੁਸੀਂ ਵੇਟ ਹੋਰ ਕਰ ਲਓ ਅਤੇ ਪੇਪਰ ਜਿਹੜੇ ਇਹ ਜਲਦੀ ਨਿਕਲ ਜਾਣੇ ਆ। ਹਾਂਜੀ, ਅਤੇ ਇਹ ਸੀਗੀ ਅੱਜ ਦੀ ਇਹ ਆਪਣੀ ਵੀਡੀਓ, ਅਤੇ ਉਮੀਦ ਕਰਦੇ ਹਾਂ ਕਿ ਅੱਜ ਦੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਊਗੀ। ਜੇ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਇੱਕ ਲਾਈਕ ਜ਼ਰੂਰ ਕਰ ਦਿਆ ਕਰੋ, ਅਤੇ ਕਮੈਂਟ ਕਰਕੇ ਤੁਸੀਂ ਕੋਈ ਆਪਣਾ ਵੀ ਸਵਾਲ ਜਾ ਪੁੱਛ ਸਕਦੇ ਹਾਂ, ਅਤੇ ਅਗਲੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਕਮੈਂਟ ਦਾ ਜਵਾਬ ਦੇਣ ਦੀ ਵੀ ਪੂਰੀ ਕੋਸ਼ਿਸ਼ ਕਰਾਂਗੇ। ਅਤੇ ਵੀਡੀਓ ਨੂੰ ਕਰ ਦਿਓ ਵੱਧ ਤੋਂ ਵੱਧ ਸ਼ੇਅਰ, ਅਤੇ ਹੁਣ ਜਲਦੀ ਮਿਲਦੇ ਹਾਂ ਆਪਾਂ ਕਿਸੇ ਨਵੀਂ ਵੀਡੀਓ ਅਤੇ ਨਵੀਂ ਅਪਡੇਟ ਦੇ ਵਿੱਚ।